ਜਸ ਟੀਵੀ ਦੇਖ ਰਹੇ ਤੁਸੀਂ, ਮੈਂ ਕੇ ਪੀ ਸਿੰਘ ਟੂ ਦਾ ਪੁਆਇੰਟ ਵੀ ਤੁਹਾਡਾ ਸਵਾਗਤ ਕਰਦਾ। ਅਫਗਾਨਿਸਤਾਨ ਦੇ ਵਿੱਚ ਇੱਥੋਂ ਦੇ ਘੱਟ ਗਿਣਤੀ ਅਤੇ ਬਹੁ ਗਿਣਤੀ ਹਿੰਦੂ ਸਿੱਖ, ਉਹਨਾਂ ਦੇ ਮਾਮਲੇ ਵਿੱਚ ਕਦੇ ਭਾਰਤ ਵੱਲੋਂ ਆਵਾਜ਼ਾਂ ਉੱਠਦੀਆਂ ਅਤੇ ਹੁਣ ਇਹ ਆਵਾਜ਼ ਅਮਰੀਕਾ ਦੀ ਸੰਸਦ ਤੱਕ ਉੱਠ ਗਈ ਹੈ। ਅਮਰੀਕਾ ਦੇ ਹੇਠਲੇ ਹਾਊਸ ਦੇ ਵਿੱਚ ਇਹ ਮੰਗ ਚੁੱਕੀ ਗਈ ਹੈ ਅਤੇ ਇੱਕ ਮਤਾ ਪੇਸ਼ ਕੀਤਾ ਗਿਆ। ਮਤਾ ਜਿਹੜਾ ਪਾਇਆ ਗਿਆ, ਉਸ ਮਤੇ ਦੇ ਵਿੱਚ ਇਹ ਕਿਹਾ ਗਿਆ ਕਿ ਉੱਥੇ ਹਿੰਦੂ ਸਿੱਖ ਖਤਰੇ ਵਿੱਚ ਹੈ, ਉਹਨਾਂ ਨੂੰ ਉਹਨਾਂ ਦਾ ਮੁੜ ਵਸੇਬਾ ਜਿਹੜਾ ਉਹ ਹੋਣਾ ਚਾਹੀਦਾ ਹੈ ਅਤੇ ਅਮਰੀਕਾ ਨੂੰ ਇਸ ਦੇ ਲਈ ਪਹਿਲ ਕਰਨੀ ਚਾਹੀਦੀ ਹੈ। ਮਤਾ ਰੱਖਿਆ ਗਿਆ ਅਤੇ ਇਸ ਮਤੇ ਦੇ ਨਾਲ ਸਵਾਲ ਇਹ ਉੱਠ ਖੜਾ ਹੋਇਆ ਕਿ ਤੇ ਇਹ ਅਮਰੀਕਾ ਦੇ ਵਿੱਚ ਵੋਟਾਂ ਦੀ ਗਿਣਤੀ ਮਿਣਤੀ ਤਾਂ ਨਹੀਂ ਹੋ ਰਹੀ। ਅਮਰੀਕਾ ਦੇ ਰਾਸ਼ਟਰਪਤੀ ਟਰੰਪ ਇਸ 'ਤੇ ਕੀ ਫੈਸਲਾ ਲੈ ਸਕਦੇ ਆ? ਅਮਰੀਕਾ ਦੇ ਰਾਸ਼ਟਰਪਤੀ ਟਰੰਪ ਦੇ ਪ੍ਰਸ਼ਾਸਨ ਦਾ ਓਬਾਮਾ ਪ੍ਰਸ਼ਾਸਨ ਨਾਲ ਕਿਉਂ ਮੁਕਾਬਲਾ ਕੀਤਾ ਜਾ ਰਿਹਾ? ਅਤੇ ਸਭ ਤੋਂ ਵੱਡਾ ਸਵਾਲ ਹੈ ਭਾਰਤ ਦੇ ਵਿੱਚ ਜਿਹੜਾ CAA 'ਤੇ ਮਾਮਲਾ ਉੱਠਿਆ ਸੀਗਾ, ਉਹ ਸਭ ਦੇ ਵਿਚਾਲੇ ਭਾਰਤ ਇਸ ਮੁੱਦੇ 'ਤੇ ਕੀ ਪ੍ਰਤੀਕਰਮ ਦੇ ਸਕਦਾ ਹੈ? ਬਹੁਤ ਸਾਰੇ ਸਵਾਲ ਆ ਤੁਹਾਡੇ ਸਾਡੇ ਮਨਾਂ ਵਿੱਚ ਹੋਣਗੇ। ਪਰ ਅਫਗਾਨਿਸਤਾਨ ਦੇ ਵਿੱਚ ਤਸ਼ੱਦਦ ਹੋ ਰਿਹਾ ਅਤੇ ਤਸ਼ੱਦਦ ਕਿਉਂ ਹੋਇਆ, ਇਸ ਦੀ ਰੂਪਰੇਖਾ ਕਿਉਂ ਹੈ? ਪਰ ਇਸ ਰੂਪਰੇਖਾ ਦੇ ਨਾਲ ਸਾਨੂੰ ਇਹ ਵੀ ਸਮਝਣਾ ਪਵੇਗਾ ਇਸ ਵੇਲੇ ਅਫਗਾਨਿਸਤਾਨ ਹਿੰਦੂ ਸਿੱਖਾਂ 'ਤੇ ਵਾਰ ਵਾਰ ਪੋਲੀਟਿਕਸ ਕਿਉਂ ਕੀਤੀ ਜਾ ਰਹੀ ਹੈ। ਇਸ ਪੋਲੀਟਿਕਸ ਦੇ ਵਿੱਚ ਕੋਈ ਸੰਜੀਦਗੀ ਹੈਗੀ ਹੈ ਜਾਂ ਆਪਦਾ ਵੋਟ ਬੈਂਕ ਹੈ ਇਸ ਨਾਲ ਪੱਕਾ ਕਰਨ ਦੀ ਕੋਸ਼ਿਸ਼ ਹੈ ਜਾਂ ਇੱਕ ਸੁਨੇਹਾ ਦੇਣ ਦੀ ਕੋਸ਼ਿਸ਼ ਹੈ? ਸਵਾਲ ਇਹ ਵੀ ਹੋਏਗਾ ਕਿ ਮੋਦੀ ਟਰੰਪ ਕਿਤੇ ਇੱਕੋ ਰਾਹ 'ਤੇ ਤਾਂ ਨਹੀਂ ਹੈਗੇ? ਜਾਂ ਸਵਾਲ ਇਹ ਵੀ ਹੋਣਾ ਚਾਹੀਦਾ ਕਿ ਜਿਸ ਤਰੀਕੇ ਨਾਲ ਟਰੰਪ ਅੱਗੇ ਮੁੱਦਾ ਰੱਖਿਆ ਗਿਆ, ਉਸ ਦੇ ਵਿੱਚ ਟਰੰਪ ਨੂੰ ਨੁਕਸਾਨ ਤਾਂ ਨਹੀਂ ਹੋ ਜਾਵੇਗਾ? ਅਤੇ ਤਾਲਿਬਾਨਾਂ ਵਾਲਾ ਮਾਮਲਾ ਉਹ ਵੀ ਆਉਣਾ ਚਾਹੀਦਾ। ਸਾਰੇ ਸਵਾਲ ਕਰਨ ਦੀ ਕੋਸ਼ਿਸ਼ ਕਰਾਂਗੇ ਅਤੇ ਇੱਕੋ ਸਵਾਲ ਪੁੱਛਾਂਗੇ, ਅਫਗਾਨੀ ਹਿੰਦੂ ਸਿੱਖਾਂ 'ਤੇ ਅਮਰੀਕਾ ਕਿਉਂ? ਵੱਡਾ ਸਵਾਲ ਇੱਕੋ ਪੁੱਛਿਆ ਜਾਵੇਗਾ ਇਸ ਚਰਚਾ ਦੇ ਵਿੱਚ, ਵੱਡਾ ਸਵਾਲ ਇਹ ਪੁੱਛਾਂ ਕਿ ਅਫਗਾਨਿਸਤਾਨ ਦੇ ਹਿੰਦੂ ਸਿੱਖਾਂ 'ਤੇ ਭਾਰਤ ਤੋਂ ਅਮਰੀਕਾ ਤੱਕ ਪਨਾਹ ਵਾਲੀ ਪੋਲੀਟਿਕਸ ਕਿਉਂ? ਅਤੇ ਪਹਿਲੇ ਸਾਡੇ ਨਾਲ ਮੌਜੂਦ ਹੈਗਾ, ਉਹਨਾਂ ਤੁਹਾਡਾ ਤਾਰਫ ਕਰਾ ਰਿਹਾ। ਅਕਸਰ ਤੁਸੀਂ ਇਹਨਾਂ ਨੂੰ ਡਿਬੇਟ ਵਿੱਚ ਸਾਡੇ ਨਾਲ ਦੇਖਦੇ ਹੋ ਅਤੇ ਇਹਨਾਂ ਨੂੰ ਬਹੁਤ ਇਸ ਮੁੱਦੇ ਦੀ ਸਮਝ ਹੈਗੀ, ਇਸ ਕਰਕੇ ਸਾਡੇ ਆ ਡਾਕਟਰ ਪਿਆਲਾ ਗਰਗ ਐਕਟੀਵਿਸਟ ਦੇ ਤੌਰ 'ਤੇ ਵਿਚਰਦੇ ਨੇ। ਡਾਕਟਰ ਗਰਗ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗੇ ਇਸ ਪੂਰੇ ਮਾਮਲੇ ਦੇ ਵਿੱਚ ਅਮਰੀਕਾ ਕਿਉਂ ਕੁੱਦਿਆ ਹੈਗਾ ਅਤੇ ਅਮਰੀਕਾ ਦੇ ਜਿਹੜੇ ਮੈਂਬਰ ਪਾਰਲੀਮੈਂਟ ਆ ਜਿਨ੍ਹਾਂ ਨੇ ਇਹ ਮੁੱਦਾ ਚੁੱਕਿਆ ਹੈਗਾ, ਉਹਨਾਂ ਨੇ ਇਹ ਮੁੱਦਾ ਕਿਉਂ ਚੁੱਕਿਆ, ਉਹ ਉਹਨਾਂ ਦੀ ਇਸ ਪਿੱਛੇ ਕੀ ਸੰਜੀਦਗੀ ਹੈਗੀ ਹੈ? ਡਾਕਟਰ ਗਰਗ ਸਰ, ਬਹੁਤ ਸਵਾਗਤ ਹੈ ਸਰ ਤੁਹਾਡਾ। ਸ਼ੁਕਰੀਆ ਜੀ ਬਹੁਤ ਬਹੁਤ। ਪ੍ਰੋਫੈਸਰ ਮਨਜੀਤ ਸਿੰਘ, ਪੋਲੀਟੀਕਲ ਐਨਲਿਸਟ ਨੇ। ਪ੍ਰੋਫੈਸਰ ਮਨਜੀਤ ਸਿੰਘ, ਅਕਸਰ ਅਫਗਾਨੀ ਹਿੰਦੂ ਸਿੱਖਾਂ ਬਾਰੇ ਚਰਚਾ ਕਰਦੇ ਰਹਿੰਦੇ ਆ, ਪਰ ਇਸ ਸਭ ਦੇ ਵਿਚਾਲੇ ਉਹ ਭਾਰਤ ਦੀ ਸਿਆਸਤ 'ਤੇ ਵੀ ਉਂਗਲ ਚੱਕਦੇ ਰਹਿੰਦੇ ਆ, ਪਰ ਇਹ ਭਾਰਤ ਦੀ ਸਿਆਸਤ ਦੇ ਨਾਲ ਅਮਰੀਕਾ ਵਿੱਚ ਜਿਹੜਾ ਇਹ ਕਾਰਡ ਖੇਡਿਆ ਗਿਆ ਉਹਦੇ ਵਿੱਚ ਟਰੰਪ ਦੇ ਲਈ ਕੋਈ ਟਰੰਪ ਕਾਰਡ ਤਾਂ ਨਹੀਂ ਖੇਡ ਦਿੱਤਾ ਗਿਆ? ਇਹ ਸਾਰੇ ਸਵਾਲ ਪ੍ਰੋਫੈਸਰ ਮਨਜੀਤ ਸਿੰਘ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗੇ, ਭਾਰਤ ਦਾ ਕੀ ਪ੍ਰਤੀਕਰਮ ਹੋਵੇਗਾ ਇਹ ਵੀ ਸਮਝਣਾ ਪਵੇਗਾ ਪ੍ਰੋਫੈਸਰ ਮਨਜੀਤ ਸਿੰਘ ਤੋਂ। ਪ੍ਰੋਫੈਸਰ ਮਨਜੀਤ ਸਿੰਘ ਪੋਲੀਟੀਕਲ ਐਨਲਿਸਟ ਨੇ। ਪ੍ਰੋਫੈਸਰ ਮਨਜੀਤ ਸਿੰਘ ਸਰ, ਬਹੁਤ ਸਵਾਗਤ ਹੈ ਸਰ ਤੁਹਾਡਾ। ਬਹੁਤ ਬਹੁਤ ਧੰਨਵਾਦ। ਆ ਰੈਜੂਲੇਸ਼ਨ ਆ, ਮੇਰੇ ਕੋਲ ਕਾਪੀ ਪਈ ਹੈ। ਡਾਕਟਰ ਗਰਗ ਸਰ, ਤੁਸੀਂ ਵੀ ਇਹ ਪੜ੍ਹੀ ਹੋਊਗੀ ਅਤੇ ਪ੍ਰੋਫੈਸਰ ਮਨਜੀਤ ਸਿੰਘ ਤੁਸੀਂ ਪੜ੍ਹੀ ਹੋਊਗੀ। ਡਾਕਟਰ ਗਰਗ, ਪਹਿਲਾ ਸਵਾਲ ਤੁਹਾਨੂੰ ਕਰਨਾ ਚਾਹੂੰਗਾ, ਬਹੁਤ ਸਧਾਰਨ ਜਿਹਾ ਸਵਾਲ ਹੈ ਸਰ। ਸਰ, ਇਹਦਾ ਮਤਲਬ ਕੀ ਹੈ ਹਿੰਦੂ ਸਿੱਖਾਂ ਦੇ ਮਾਮਲੇ ਵਿੱਚ ਅਮਰੀਕਾ ਦਾ ਕੁੱਦਣਾ, ਕਿਉਂਕਿ ਉੱਥੇ ਗਿਣਤੀ ਬਹੁਤ ਘੱਟ ਹੈ ਸਰ, ਹਿੰਦੂਆਂ ਦੀ ਵੀ ਗਿਣਤੀ ਬਹੁਤ ਘੱਟ ਹੈ, ਸਿੱਖਾਂ ਦੀ ਵੀ ਗਿਣਤੀ ਬਹੁਤ ਘੱਟ ਹੈ, ਕਿ ਕੋਈ ਵੇਲਾ ਹੁੰਦਾ ਸੀ ਜੋ ਗਿਣਤੀ ਹੁੰਦੀ ਸੀ? ਡਾਕਟਰ ਗਰਗ, ਦੇਖੋ ਗੱਲ ਇਹ ਹੈ ਵੀ ਜਿਹੜੀ ਅਮਰੀਕਾ ਦੀ ਸਿਆਸਤ ਹੈ ਉਹ ਅਮਰੀਕਾ ਜਿਹੜਾ ਬਾਕੀ ਅੰਗਰੇਜ਼ਾਂ ਦੇ ਮੁਲਕਾਂ ਦੇ ਵਿੱਚ ਮੰਨਿਆ ਜਾਂਦਾ ਸੀ ਵੀ ਰੇਸ਼ੀਅਲ ਘੱਟ ਹੈ, ਉੱਥੇ ਰੇਸ਼ਿਜ਼ਮ ਨਹੀਂ ਹੈ, ਇਹ ਟਰੰਪ ਸਾਹਿਬ ਦੇ ਆਉਣ ਤੋਂ ਬਾਅਦ ਉਹ ਰੇਸ਼ਿਜ਼ਮ ਬਹੁਤ ਵਧਿਆ ਉੱਥੇ, ਅਤੇ ਉਹ ਬਲਕਿ ਰੇਸ਼ਿਜ਼ਮ ਦੇ ਨਾਂ ਦੇ ਉੱਤੇ ਪਾਰਟੀਆਂ ਦੋਨੇ ਇੱਕ ਦੂਜੇ ਦੇ ਨਾਲੋਂ ਕਰ ਰਹੀਆਂ ਨੇ। ਹੁਣ ਪਿੱਛੇ ਜਿਹੜੇ ਇਹਨਾਂ ਦੇ ਵਿਰੋਧੀ ਨੇ ਉਹਨਾਂ ਨੇ ਕਿਹਾ ਵੀ ਅਸੀਂ ਹਿੰਦੂਆਂ ਦੀ ਬੜੀ ਰਾਖੀ ਕਰਾਂਗੇ, ਉਹਦੇ ਵਿੱਚ ਇਹ ਇੱਕ ਮੁੱਦਾ ਆ ਗਿਆ। ਇਹਦੇ ਇਹ ਜਿਹੜਾ ਮੁੱਦਾ ਅਸਲ 'ਚ ਇੱਥੇ ਪਾਸ ਹੋਇਆ, ਇਹ ਪਾਸ ਹੋਣ ਦਾ ਕਰਾਉਣ ਦਾ ਕਾਰਨ ਉੱਥੇ
ਡਾਕਟਰ ਇਕਦਾਰ ਕਰਾਮਾਤ ਥੀਮਾ ਨੇ ਉਹਨਾਂ ਨੇ ਉੱਥੇ ਪ੍ਰਿਤਪਾਲ ਸਿੰਘ ਨੇ ਹੋਰ ਨੇ ਉਹਨਾਂ ਰਾਹੀਂ ਇਹਨਾਂ ਦੇ ਜਿਹੜੇ ਹਾਊਸ ਦੇ ਜਿਹੜੇ ਸੀਗੇ ਮੈਂਬਰ ਇਹਨਾਂ ਨੂੰ ਮੋਟੀਵੇਟ ਕਰਿਆ ਕਿ ਇਹ ਮਨੁੱਖੀ ਅਧਿਕਾਰਾਂ ਦਾ ਜੋ ਮੈਨੂੰ ਸੂਚਨਾ ਮੇਰੇ ਕੋਲ ਉਹ ਗਲਤ ਹੋ ਸਕਦੀ ਹੈ ਕਿ ਮਨੁੱਖੀ ਅਧਿਕਾਰਾਂ ਦਾ ਇੱਥੇ ਸਵਾਲ ਹੈਗਾ ਅਤੇ ਨਵੰਬਰ 'ਚ ਕੋਈ ਚੋਣ ਹੋ ਰਹੀ ਹੈ ਇਹ ਉਹਨਾਂ ਨੇ ਮੈਨੂੰ ਦੱਸਿਆ ਵੀ ਨਵੰਬਰ 'ਚ ਚੋਣ ਹੋ ਰਹੀ ਹੈ ਇਸ ਕਰਕੇ ਇਹ ਪੋਸੀਬਿਲਿਟੀ ਜ਼ਿਆਦਾ ਬਣ ਗਈ ਹੈ ਸੋ ਚੋਣਾਂ ਦੇ ਲਾਹੇ ਵਾਸਤੇ ਤਾਂ ਇਹ ਹੈਗਾ ਚਾਹੇ ਜਿਵੇਂ ਵੀ ਕਹਿ ਦਿਓ ਜਿਹੜੇ ਵੀ ਹਿੰਦੁਸਤਾਨੀ ਉੱਥੇ ਨੇ ਕਿ ਜੇ ਅਸੀਂ ਤੁਹਾਡੇ ਪੱਖ 'ਚ ਹਾਂ ਪਰ ਇੱਕ ਪਾਸੇ ਤੁਸੀਂ ਉਹਨਾਂ ਨੂੰ ਪੱਖ 'ਚ ਕਹਿੰਦੇ ਹੋ ਤਾਂ ਦੂਜਾ ਪਾਸਾ ਤੁਹਾਡੇ ਉਲਟ ਵੀ ਪੈ ਸਕਦਾ ਇਸ ਕਰਕੇ ਇਹ ਕਹਿਣਾ ਕਿ ਵੀ ਸ਼ਾਇਦ ਇਹ ਜਿਹੜਾ ਰੈਜ਼ੋਲਿਊਸ਼ਨ ਹੈ ਉਸਨੂੰ ਚੋਣ 'ਚ ਇਸ ਤਰੀਕੇ ਨਾਲ ਕੋਈ ਫਾਇਦਾ ਦੇਵੇਗਾ ਇੱਕ ਤਾਂ ਇਹ ਹੈ ਕਿ ਅਫਗਾਨਿਸਤਾਨ ਦੇ ਵਿੱਚ 2013 ਦੇ ਵਿੱਚ ਤਕਰੀਬਨ 8,000 ਸਿੱਖ ਸੀ ਜਿਹੜਾ ਪਿਛਲੇ 5 ਸਾਲਾਂ 'ਚ ਘੱਟ ਕੇ 700 ਰਹਿ ਗਿਆ ਇੱਦਾਂ ਹੀ ਹਿੰਦੂ ਵੀ 1,000 ਕੀ ਰਹਿ ਗਿਆ ਸੋ 1700 ਬੰਦਾ ਜਿਹਦੇ ਵਾਸਤੇ ਉਹਨਾਂ ਨੇ ਆਖਿਆ ਇਸੇ ਦਿਨ ਦੇ ਦਿਉ ਅਤੇ ਭਾਰਤੀ ਕਹਿੰਦੇ ਨੇ ਵੀ ਅਸੀਂ ਤਾਂ ਤੁਹਾਨੂੰ ਨਾਗਰਿਕਤਾ ਹੀ ਦੇ ਦਾਂਗੇ ਸੀ ਇਹ NRC 'ਚ ਹੀ ਤਾਂ ਝਗੜਾ ਸੀ ਸੋ ਮੈਨੂੰ ਇਹ ਲੱਗਦਾ ਨਹੀਂ ਹੈ ਕਿ ਵੀ ਇਹ ਚੋਣਾਂ 'ਚ ਉਸਨੂੰ ਕੋਈ ਬਹੁਤ ਵੱਡਾ ਫਾਇਦਾ ਕਰੇਗਾ ਪਰ ਕਰਿਆ ਇਹ ਜਿਹੜਾ ਜਾ ਰਿਹਾ ਉਹ ਕਰਿਆ ਉਸੇ ਰੇਸ਼ੀਅਲ ਡਿਵੀਜ਼ਨ ਦੇ ਵਿੱਚੋਂ ਹੀ ਕਰਿਆ ਜਾ ਰਿਹਾ ਇਹ ਕੋਈ ਮੈਨੂੰ ਹਿਊਮਨ ਰਾਈਟ ਵਾਲੀ ਗੱਲ ਵੱਡੀ ਲੱਗਦੀ ਨਹੀਂ ਤੁਸੀਂ ਹਿਊਮਨ ਰਾਈਟ ਦਾ ਐਂਗਲ ਇਹਨੂੰ ਮੰਨਦੇ ਨਾ ਤੁਸੀਂ ਇਹ ਮੰਨਦੇ ਪਏ ਹੋ ਕਿ ਪੋਲੀਟੀਕਲ ਗਿਣਤੀ ਮਿਣਤੀਆਂ ਦੀ ਹੋ ਸਕਦੀ ਹੈ ਕਿਉਂਕਿ ਇਹ ਹੈ ਵੀ ਜੇ ਪੋਲੀਟੀਕਲ ਦੀ ਗੱਲ ਹੈ ਤਾਂ ਇਹਨਾਂ ਦੀ ਵੀ ਗਿਣਤੀ ਘੱਟ ਹੈ ਉੱਥੇ ਅੱਗੋਂ ਵੀ ਜਿਹੜੀ ਗਿਣਤੀ ਆ ਕੋਈ ਉਸ ਤਰੀਕੇ ਦੀ ਸਾਰੀ ਮੋਨੋਲਿਥ ਨਹੀਂ ਹੈ ਜਿਹਦੇ ਹਿਸਾਬ ਨਾਲ ਹਰ ਇੱਕ ਦੇ ਆਪਣੇ ਆਪਣੇ ਇੱਕ ਪੋਲੀਟਿਕਸ ਹੈ ਪਹਿਲਾਂ ਹੀ ਉੱਥੇ ਐਂਟੀ ਰੇਸ਼ੀਅਲ ਦਾ ਕੰਮ ਚੱਲ ਰਿਹਾ ਜੇ ਉਹ ਉੱਥੇ ਕਾਲਿਆਂ ਦੇ ਵਿਰੁੱਧ ਟਰੰਪ ਸਾਹਿਬ ਖੜ੍ਹੇ ਨੇ ਤਾਂ ਫਿਰ ਜੇ ਟਰੰਪ ਸਾਹਿਬ ਕਾਲਿਆਂ ਦੇ ਵਿਰੁੱਧ ਖੜ੍ਹੇ ਨੇ ਆਲਰੇਡੀ ਅਤੇ ਇਹਨਾਂ ਨੂੰ ਉੱਥੇ ਜੇ ਇਸ ਦਿਨ ਉਹ ਦੇ ਵੀ ਦਿੰਦੇ ਨੇ ਤਾਂ ਉਹ ਕਾਲਿਆਂ ਦੇ ਹੱਕ 'ਚ ਤਾਂ ਹੋ ਨਹੀਂ ਗਿਆ ਇਸ ਨਾਲ ਸੋ ਇਸ ਕਰਕੇ ਮੈਨੂੰ ਲੱਗਦਾ ਨਹੀਂ ਵੀ ਉਹਨਾਂ ਨੂੰ ਕੋਈ ਟਰੰਪ ਸਾਹਿਬ ਨੂੰ ਇਹਦਾ ਕੋਈ ਬਹੁਤਾ ਵੱਡਾ ਬੈਨੀਫਿਟ ਹੋਏਗਾ ਟਰੰਪ ਸਾਹਿਬ ਨੂੰ ਨੁਕਸਾਨ ਹੋ ਸਕਦਾ ਟਰੰਪ ਸਾਹਿਬ ਨੂੰ ਨੁਕਸਾਨ ਹੋ ਸਕਦਾ ਇਸ ਇਸ਼ੂ ਦਾ ਨੁਕਸਾਨ ਇਸ ਕਰਕੇ ਨਹੀਂ ਹੋਣਾ ਕਿਉਂਕਿ ਆਫਟਰ ਕਰਨਾ ਤਾਂ ਸਰਕਾਰ ਨੇ ਸਾਰੀ ਨੇ ਅਤੇ ਇਸ ਕਰਕੇ ਉਹਦਾ ਨੁਕਸਾਨ ਤਾਂ ਨਹੀਂ ਹੋਣਾ ਫਾਇਦਾ ਕੋਈ ਨਹੀਂ ਬਹੁਤਾ ਹੋਣਾ ਇਹ ਠੀਕ ਹੈ ਉਹ ਕਹਿਣਗੇ ਚੱਲ ਕਰਤਾ ਜੇ ਇਸ ਫਿਲਮ ਉਹ ਇਹ ਫਿਲਮ ਦੇਣ ਵੇਲੇ ਉਹ ਇੰਨਾ ਕੋਈ ਧਰਮ ਨਾ ਧਰਮ ਦੀ ਗੱਲ ਨਹੀਂ ਦੇਖਦੇ ਉਹ ਕਹਿੰਦੇ ਸਟੇਟ ਜ਼ੁਲਮ ਕਰ ਰਹੀ ਹੈ ਅਤੇ ਇੱਥੇ ਜਿਹੜਾ ਹਿਊਮਨ ਰਾਈਟ ਦਾ ਮੁੱਦਾ ਹੈ ਅਮਰੀਕਾ ਜੇ ਹਿਊਮਨ ਰਾਈਟ ਦੀ ਗੱਲ ਕਰੇ ਤਾਂ ਹਿਊਮਨ ਰਾਈਟ ਤਾਂ ਅਮਰੀਕਾ ਬਹੁਤ ਤਬਾਹ ਕਰ ਰਿਹਾ ਉਂਝ ਅਫਗਾਨਿਸਤਾਨ ਦੇ ਵਿੱਚ ਜਿਹੜੇ ਹਿੰਦੂ ਅਤੇ ਸਿੱਖ ਨੇ ਉਹਨਾਂ ਦਾ ਹਿਊਮਨ ਰਾਈਟ ਦਾ ਮੁੱਦਾ ਹੈਗਾ ਇਹ ਮੈਂ ਇਹ ਨਹੀਂ ਕਿਹਾ ਵੀ ਉੱਥੇ ਹਿਊਮਨ ਰਾਈਟ ਦਾ ਮੁੱਦਾ ਨਹੀਂ ਹੈ ਮੈਂ ਇਹ ਕਹਿਣਾ ਵੀ ਜਿਹੜਾ ਫੈਸਲਾ ਕਰਿਆ ਜਾ ਰਿਹਾ ਜਾਂ ਜੇ ਹੋਏਗਾ ਜਿਹੜਾ ਰੈਜ਼ੋਲਿਊਸ਼ਨ ਉਹਨਾਂ ਦਾ ਭਾਵੇਂ ਹਿਊਮਨ ਰਾਈਟ ਦਾ ਮੁੱਦਾ ਹੋਵੇ ਪਰ ਜੇ ਪਾਸ ਹੋਏਗਾ ਕੋਈ ਜ਼ਰੂਰੀ ਨਹੀਂ ਵੀ ਹਿਊਮਨ ਰਾਈਟ ਹੀ ਓਡਾ ਵੱਡਾ ਹੋਵੇ ਚਲੋ ਕਿਉਂਕਿ ਹਿਊਮਨ ਰਾਈਟ ਹੋਰ ਜੇ ਬਹੁਤ ਠੀਕ ਹੈ ਸਰ ਪ੍ਰਸਮਨਜੀਤ ਸਿੰਘ ਜਿਸ ਤਰੀਕੇ ਨਾਲ ਡਾਕਟਰ ਗਰਗ ਨੇ ਸਾਰੇ ਮੁੱਦੇ ਨੂੰ ਡਿਸਕ੍ਰਾਈਬ ਕੀਤਾ ਮੈਨੂੰ ਲੱਗਦਾ ਕਿ ਇਸ਼ੂ ਛੇੜ ਕੇ ਅਸੀਂ ਵੀ ਗਲਤੀ ਕਰ ਲਈ ਨਹੀਂ 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 ਕੇਪੀ ਸਿੰਘ ਇਹ ਦੇਖੋ ਮੈਨੂੰ ਐਂ ਲੱਗਦਾ ਕਿ ਦੋਵੇਂ ਦੇਸ਼ਾਂ ਦੀਆਂ ਇੰਟੈਲੀਜੈਂਸ ਏਜੰਸੀਆਂ ਦੇ ਰਾਹੀਂ ਦੋਵੇਂ ਦੇਸ਼ਾਂ ਦੀ ਸਰਕਾਰਾਂ ਦੀ ਅੰਡਰਸਟੈਂਡਿੰਗ ਰਾਹੀਂ ਇੱਕ ਤੁਸੀਂ ਸਾਂਝਾ ਕੰਮ ਤੇ ਦੇਖੋ ਕਿਵੇਂ ਆ ਬੜੀ ਹੈਰਾਨੀ ਦੀ ਗੱਲ ਆ ਕਿ ਇਹ ਤਾਲਿਬਾਨ ਜਿਨ੍ਹਾਂ ਨੂੰ ਪੈਦਾ ਅਮਰੀਕਾ ਨੇ ਕੀਤਾ ਔਰ ਜਿਨ੍ਹਾਂ ਨੂੰ ਇਹ 2+2 ਚਾਰ ਬੰਦੂਕਾਂ ਚਾਰ ਮਰਡਰ ਚਾਰ ਗੋਲੀਆਂ ਇਹੋ ਜਿਹਾ ਹਿਸਾਬ ਸਿਖਾਇਆ ਗਿਆ ਸੀ ਔਰ ਜਿਨ੍ਹਾਂ ਨੇ ਉੱਥੇ ਡਰੱਗ ਪੈਦਾ ਕਰਕੇ ਇਹਨਾਂ ਨੂੰ ਇਹਨਾਂ ਦੇ ਹੱਥ 'ਚ ਮੋਟਾ ਪੈਸਾ ਦਿੱਤਾ ਕਾਹਦੇ ਲਈ ਕਿ ਇਹਨਾਂ ਨੇ ਉੱਥੇ ਰੂਸੀਆਂ ਨੂੰ ਬਾਹਰ ਕਰਨਾ ਅਤੇ ਜਦੋਂ ਰੂਸੀ ਬਾਹਰ ਹੋ ਗਏ ਤਾਂ ਫਿਰ ਇਹਨਾਂ ਦੇ ਹੀ ਦੋਸ਼ ਲਾਉਂਦੇ ਰਹੇ ਤਾਲਿਬਾਨਾਂ ਦੇ ਅਮਰੀਕਨ ਕਿ ਦੇਖੋ ਜੀ ਰੂਸੀ ਇਹਨਾਂ ਨੂੰ ਪੈਸਾ ਦੇ ਰਹੇ ਆ ਜਦੋਂ ਅਮਰੀਕਨ ਫੋਰਸਿਸ ਉੱਥੇ ਆ ਗਏ ਉਹਨਾਂ ਨੂੰ ਮਰਵਾਉਣ ਲਈ ਤੇ ਅੱਜ ਜਦੋਂ ਉਹਨਾਂ ਨਾਲ ਕੋਈ ਸਮਝੌਤਾ ਉੱਥੇ ਦੀ ਪੋਲਿਟਿਕਸ ਬਾਰੇ ਕਰਨਾ ਸੀ ਤੇ ਇਹਨਾਂ ਦੇ ਨਾਲ ਬੈਠ ਕੇ ਫਿਰ ਸਮਝੌਤਾ ਕਰ ਲਿਆ ਔਰ ਸਰਕਾਰ ਜਿਹੜੀ ਉੱਥੇ ਦੀ ਹੈਗੀ ਆ ਉਹਨੂੰ ਇੱਕ ਪਾਸੇ ਰੱਖਤਾ
ਤੇ ਇਹਨਾਂ ਦਾ ਤੇ ਜਿਹੜਾ ਕੋਈ ਦੀਨ ਧਰਮ ਅਮਰੀਕਾ ਦਾ ਰਿਹਾ ਹੀ ਨਹੀਂ। ਇਹ ਹਾਲਤ ਅਮਰੀਕਾ ਦੀ ਇਸ ਵੇਲੇ। ਦੂਜੀ ਗੱਲ ਮੈਂ ਕਿਉਂ ਕਹਿੰਦਾ ਕਿ ਲੱਗਦਾ ਸਾਂਝਾ ਮੀਂਝਾ, ਇੱਧਰੋਂ ਜਿਹੜਾ ਆ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਆ ਰਿਹਾ, ਇੱਧਰੋਂ ਇਹ ਕਹਿ ਰਿਹਾ ਕਿ ਅਸੀਂ ਜਿਹੜੇ ਜਿੰਨੇ ਹਿੰਦੂ ਸਿੱਖ ਬੰਗਲਾਦੇਸ਼ ਪਾਕਿਸਤਾਨ ਤੇ ਅਫਗਾਨਿਸਤਾਨ ਚ ਅਸੀਂ ਇੱਥੇ ਵਸਾਉਣੇ ਆ, ਉਹਨਾਂ ਨੂੰ ਸਿਟੀਜ਼ਨਸ਼ਿਪ ਦੇਣੀ ਆ, ਉਧਰੋਂ ਉਹ ਉਹਨਾਂ ਨੂੰ। ਰਸਮਜੀਤ ਸਿੰਘ ਸਰ ਥੋੜਾ ਐਡ ਆਨ ਕਰ ਲੈਂਦੇ ਮੈਨੂੰ, ਰਸਮਜੀਤ ਸਿੰਘ ਜਦੋਂ ਉਧਰੋਂ ਆਵਾਜ਼ ਆਉਂਦੀ ਸੀ ਅਫਗਾਨਿਸਤਾਨ ਤੋਂ ਹਿੰਦੂ ਸਿੱਖਾਂ ਦੀ ਕਿ ਸਾਨੂੰ ਇੱਥੇ ਭਾਰਤ ਵਿੱਚ ਲਿਆਓ, ਉਹ ਸਭ ਦੇ ਵਿਚਾਲੇ ਜਦੋਂ ਆਵਾਜ਼ ਉੱਠ ਰਹੀ ਹੈ ਤੇ ਉਦੋਂ ਅਮਰੀਕਾ ਦੀ ਸੰਸਦ ਦੇ ਵਿੱਚ ਇਹ ਮਤਾ ਪੇਸ਼ ਕੀਤਾ ਜਾਣਾ, ਸਰ ਉਹ ਮੈਨੂੰ ਥੋੜਾ ਸਮਝਾ ਦਿਓ, ਟਾਈਮਿੰਗ ਸਮਝਾ ਦਿਓ ਸਰ। ਰਸਮਜੀਤ ਸਿੰਘ ਨਹੀਂ ਨਹੀਂ ਬਿਲਕੁਲ 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 ਬੜਾ ਸਾਫ ਟਾਈਮ ਹੈ, ਇਹੋ ਜਿਹੀ ਗੱਲ ਨਹੀਂ। ਨੰਬਰ 1, ਸਾਰੇ 700 ਬੰਦੇ ਆ, ਕੋਈ ਬਹੁਤ ਵੱਡੇ ਬੰਦੇ ਹੀ ਨਹੀਂ ਆ, ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ, ਇਹਦੇ ਟੋਕਨਿਜ਼ਮ ਆ। ਔਰ ਇਹੋ ਇਹਦਾ ਫਾਇਦਾ ਕਿਉਂ ਨਹੀਂ ਹੋਣਾ ਜਿਹੜੇ ਡਾਕਟਰ ਸਾਹਿਬ ਗੱਲ ਕਹਿ ਰਹੇ ਆ, ਇਹੀ ਟਰੰਪ ਜਿਹੜਾ ਆ ਜਿਹੜਾ ਸੁਪਰਮੇਸਿਸਟ ਆ, ਵਾਈਟ ਸੁਪਰਮੇਸਿਸਟ ਰੇਸ਼ੀਅਲ ਹੈਗਾ ਆ, ਉਸੇ ਨੇ ਤੇ ਦੇਖੋ ਕੀ ਕੀਤਾ, H1B ਜਿਹੜਾ ਵੀਜ਼ਾ ਆ ਉਹਨੂੰ ਬੰਦ ਕਰ ਦਿੱਤਾ, ਜਿਹੜੇ ਬੰਦੇ ਕਦੀ ਨਹੀਂ ਫੜ ਫੜ ਕੇ ਉੱਥੇ ਪਹੁੰਚੇ ਵਾਪਸ ਕੀਤੇ ਸੀ, ਇਹ 2 ਜਹਾਜ਼ ਵਾਪਸ ਕਰ ਗਿਆ। 7000 ਬੰਦੇ ਕੱਢਣੇ ਆ ਨੇ ਮੁੰਡੇ ਸਾਡੇ, ਯੰਗ ਮੁੰਡੇ ਉੱਥੋਂ, ਜਿੰਨਾ ਚੋਂ ਦੋ ਜਹਾਜ਼ ਆ ਵੀ ਗਏ, 2-3 ਜਹਾਜ਼ ਇੱਥੇ ਵਾਪਸ ਆ ਗਏ ਆ, ਹੋਰਾਂ ਨੂੰ ਉਹ ਹੌਲੀ ਹੌਲੀ ਵਾਪਸ ਕਰੂਗਾ। ਇਹ ਕੀ ਸੁਨੇਹਾ ਦੇਣਾ ਚਾਹੁੰਦਾ, ਇਹ ਲੋਕਾਂ ਦਾ ਬੇਵਕੂਫ ਬਣਾਉਣਾ ਚਾਹੁੰਦਾ ਕਿ ਮੇਰੇ ਨਾਲੋਂ ਵੱਧਾ ਕੋਈ ਹਿਊਮਨ ਰਾਈਟਸ? ਸਰ ਟਰੰਪ, ਇਹ ਸਰ ਇਹ ਟਰੰਪ ਸਾਹਿਬ ਨੇ ਥੋੜੀ ਕੀਤਾ। ਨਹੀਂ ਨਹੀਂ ਨਹੀਂ, ਟਰੰਪ ਦੀ ਸਰਕਾਰ ਹੀ ਤੇ ਉੱਥੇ ਕਰ ਰਹੀ ਹੈ ਨਾ। ਦੂਜੀ ਗੱਲ ਸਮਝ ਲਓ, ਇਹਨਾਂ ਦੀ ਮਜਬੂਰੀ ਕੀ ਬਣੀ ਹੈ, ਜਦੋਂ ਜਿਹੜੀ ਕਮਲਾ ਹੈਰਿਸ ਨੇ ਆ ਕੇ ਆਪਣਾ ਠਾ ਸੋਟਾ ਮਾਰਿਆ ਕਿ ਮੈਂ ਆ ਗਈ ਹਾਂ ਮੈਦਾਨ ਦੇ ਵਿੱਚ, ਮੈਂ ਇੰਡੀਆ ਦੇ ਹਾਂ, ਇਹ ਜਿਹੜਾ ਮੋਦੀ ਉੱਥੇ ਜਾ ਕੇ ਖੜਦਾ ਫਿਰਦਾ। ਮੈਨੂੰ ਪ੍ਰਸਮਜੀਤ ਸਿੰਘ, ਸਰ ਮੈਂ ਥੋੜਾ, ਜੈਕੀ ਸਪੀਅਰ ਜਿਹੜੀ MP ਹੈ ਜਿਨ੍ਹਾਂ ਨੇ ਇਹ ਸਾਰਾ ਮਤਾ ਪੇਸ਼ ਕੀਤਾ, ਉਹ ਟਰੰਪ ਦੇ ਕਹਿਣ ਤੇ ਕੀਤਾ? ਨਹੀਂ ਤਾਂ ਹੋਰ ਦੇਖੋ, ਐਵੇਂ ਥੋੜੀ ਹੈ ਪੋਲਿਟਿਕਸ ਆ, ਬਿਲਕੁਲ ਪੋਲਿਟਿਕਸ ਹੈ ਕਿ ਮੈਂ ਦੱਸਦਾ ਪੋਲਿਟਿਕਸ ਕੀ ਹੈਗੀ ਆ। ਪੋਲਿਟਿਕਸ ਇਹ ਆ KP ਸਿੰਘ ਕਿ ਜਦੋਂ ਕਮਲਾ ਹੈਰਿਸ ਆ ਗਈ ਆ ਵਾਈਸ ਪ੍ਰੈਜ਼ੀਡੈਂਟ ਕੈਂਡੀਡੇਟ ਤੇ, ਉਹ ਧੜੱਲੇ ਨਾਲ 15% 12% ਵੋਟਾਂ ਨਾਲ ਅੱਗੇ ਆ ਦੋਵੇਂ, ਔਰ ਇਹਨਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਆ, ਇਹਦਾ ਤੇ ਮੂੰਹ ਦਾ ਰੰਗ ਉੱਡਿਆ ਹੋਇਆ। ਇਹਨਾਂ ਨੇ ਕਿਹਾ ਹੁਣ ਕੀ ਕਰੀਏ, ਇੰਡੀਜ਼ ਨੂੰ ਮੋਦੀ ਵਾਲਾ ਮੰਤਰ ਤੇ ਫੇਲ ਹੋ ਗਿਆ ਪੁਰਾਣਾ, ਆਪ ਕੀ ਵਾਰ ਟਰੰਪ ਸਰਕਾਰ, ਤੇ ਇਸ ਕਰਕੇ ਇਹਨਾਂ ਨੂੰ ਲਿਆ ਕੇ ਟੋਕਨ ਦੱਸਣਾ ਚਾਹੁੰਦੇ ਆ ਕਿ ਦੇਖੋ ਅਸੀਂ ਇੱਥੇ ਇਹਨਾਂ ਨੂੰ ਸਿਟੀਜ਼ਨਸ਼ਿਪ ਦੇ ਰਹੇ ਹਾਂ, ਅਸੀਂ ਉਹਨਾਂ ਨੂੰ ਰਿਫਿਊਜੀ ਇੱਥੇ ਰਿਫਿਊਜੀ ਜਿਹੜਾ ਮਦਦ ਕਰ ਰਹੇ ਹਾਂ। 700 ਬੰਦੇ ਨਾਲ ਅਮਰੀਕਾ ਨੂੰ ਇੱਡੇ ਵੱਡੇ ਨੂੰ ਕੀ ਫਰਕ ਪੈਣਾ? ਚਲੋ ਮੈਂ ਛੋਟਾ, ਸਿਰਫ ਤੇ ਸਿਰਫ ਵੋਟਾਂ ਲਈ। ਚਲੋ ਮੈਂ ਇੱਕ ਛੋਟਾ ਜਿਹਾ ਬ੍ਰੇਕ ਲੈ ਲਵਾਂ ਸਰ, ਬ੍ਰੇਕ ਤੋਂ ਵਾਪਸ ਆਊਂਗਾ। ਮੈਂ ਹਰ ਚੀਜ਼ ਸਮਝਣਾ ਚਾਹੁੰਦਾ ਤੁਹਾਡੇ ਤੋਂ, ਤੁਸੀਂ ਬੜੇ ਵਿਦਵਾਨ ਹੋ। ਸਵਾਲ ਇਹ ਹੈਗਾ ਕਿ ਟਰੰਪ ਨੂੰ ਤੁਸੀਂ ਰੇਸ਼ੀਅਲ ਕਹਿ ਰਹੇ ਹੋ, ਤੇ ਜਦੋਂ ਰੇਸ਼ੀਅਲ ਕਹਿੰਦੇ ਹੋ ਤੇ ਉਦੋਂ ਫਿਰ ਰਾਜਨੀਤੀ ਨਾਲ ਇਹ ਮੁੱਦਾ ਜੁੜਦਾ ਕਿ ਨਹੀਂ ਜੁੜਦਾ ਗਾ? ਟਰੰਪ ਸਾਹਿਬ ਦੀ ਹੁਣ ਮਜਬੂਰੀ ਕੀ ਹੋਗੀ? ਜੈਕੀ ਸਪੀਅਰ ਦਾ ਜਿਹੜਾ ਮਾਮਲਾ ਸਾਹਮਣੇ ਆਉਂਦਾ ਪਿਆ, ਉਸ ਤੋਂ ਬਾਅਦ ਕਮਲਾ ਹੈਰਿਸ ਦੇ ਵਿੱਚ ਜ਼ਿਕਰ ਹੋ ਰਿਹਾ, ਇਹ ਸਾਰਾ ਵੋਟਾਂ ਦੀ ਗਿਣਤੀ ਮਿੰਤੀ ਹੈ। ਭਾਰਤ ਇਸ ਮੁੱਦੇ 'ਤੇ ਕੀ ਬੋਲੇਗਾ? ਭਾਰਤ ਤੋਂ ਅਮਰੀਕਾ ਤੱਕ ਕਿਹੋ ਜਿਹਾ ਟਰੰਪ ਕਾਰਡ ਖੇਡਿਆ ਜਾ ਰਿਹਾ? ਵਾਪਸ ਆ ਰਹੇ ਹਾਂ। ਅਸਲ ਅਸੀਂ ਇਹ ਪੁੱਛ ਰਹੇ ਇਸ ਚਰਚਾ ਦੇ ਵਿੱਚ, ਅਫਗਾਨਿਸਤਾਨ ਦੇ ਹਿੰਦੂ ਸਿੱਖਾਂ ਅਤੇ ਭਾਰਤ ਤੋਂ ਅਮਰੀਕਾ ਤੱਕ ਪਨਾਹ ਵਾਲੀ ਪੋਲਿਟਿਕਸ ਕਿਉਂ? ਡਾਕਟਰ ਗੱਲ ਸਰ, ਪ੍ਰੋਫੈਸਰ ਮਨਜੀਤ ਸਿੰਘ ਦੀ ਇੱਕ ਚੀਜ਼ ਮੈਨੂੰ ਸਮਝਾ ਦਿਓ ਥੋੜ੍ਹਾ ਜਿਹਾ। ਇਹ ਡੈਮੋਕਰੇਟਿਕ ਪਾਰਟੀ ਅਤੇ ਰਿਪਬਲਿਕਨ ਪਾਰਟੀ ਅਤੇ ਇਹ ਸਭ ਦੇ ਵਿਚਾਲੇ ਸਰ, ਸਵਾਲ ਇਹਨਾਂ ਨੇ ਖੜਾ ਕਰਤਾ ਕਿ ਜੈਕੀ ਸਪੀਅਰ ਤੋਂ ਟਰੰਪ ਸਾਹਿਬ ਨੇ ਕਿਹਾ ਕਿ ਪਵਾਤਾ ਹੋਊਗਾ? ਨਹੀਂ ਦੇਖੋ, ਮੈਂ ਜਿਹੜੀ ਗੱਲ ਉਹ ਇਹਨੂੰ ਹੋਰ ਤਰ੍ਹਾਂ ਲੈਣਾ। ਇਹ ਜਿਹੜਾ ਇਸ਼ੂ ਹੈ ਕਿ ਟਰੰਪ ਸਾਹਿਬ ਦਾ ਕਾਰਡ ਤਾਂ ਰੇਸ਼ੀਅਲ ਹੈ, ਔਰ ਉੱਥੇ ਮੈਂ 2 ਮਹੀਨੇ ਹੁਣ ਰਹਿ ਕੇ ਆਇਆ ਤਾਂ ਬਿਲਕੁਲ ਕਲੀਅਰ ਕੱਟ ਹੈ। ਉਹਨਾਂ ਨੂੰ ਵੀ ਮੈਂ ਮਿਲਿਆ ਜਿਹੜੇ ਟਰੰਪ ਸਾਹਿਬ ਦੇ ਵਿਰੋਧੀ ਪਾਰਟੀਆਂ ਦੇ ਨੇ, ਮੇਨ ਵਿਰੋਧੀ ਪਾਰਟੀ ਦੇ, ਕਿਉਂਕਿ ਕੈਲੀਫੋਰਨੀਆ 'ਚ ਸਰਕਾਰ ਹੀ ਉਹਨਾਂ ਦੀ ਸੀ, ਅਤੇ ਮੈਂ ਟਰੰਪ ਸਾਹਿਬ ਵਾਲਿਆਂ ਨੂੰ ਵੀ ਮਿਲਿਆ। ਉਹਦੇ ਵਿੱਚ ਇਹ ਹੈ ਕਿ ਉਹਨਾਂ ਦਾ ਤਾਂ ਰੇਸ਼ੀਅਲ ਹੈ, ਅਤੇ ਜਿਵੇਂ ਇੱਥੇ ਮੋਦੀ ਸਾਹਿਬ ਨੇ ਹਿੰਦੂਤਵਾ ਦਾ ਦਿੱਤਾ ਹੋਇਆ ਨਾਰਾ, ਅਤੇ ਹਰੇਕ ਜਿਹੜਾ ਯੂਥ ਹੈ ਉਹ ਇਸ ਤਰ੍ਹਾਂ, ਉੱਥੇ ਵੀ ਇਹੀ ਗੱਲ ਹੈ ਵੀ ਉਹ ਰੇਸ਼ੀਅਲ ਨਾਰਿਆ
ਉਹਨਾਂ ਨੂੰ ਖਿੱਚ ਰਿਹਾ। ਉਹਨਾਂ ਨੂੰ ਲੱਗਦਾ ਵੀ ਸਾਡੀਆਂ ਸਾਰੀਆਂ ਸਮੱਸਿਆਵਾਂ ਦਾ ਜਿਹੜਾ ਜੜ੍ਹ ਹੈ ਉਹ ਇਹ ਕਾਲੇ ਲੋਕ ਨੇ, ਇਹ ਦੂਜੇ ਰੇਸ਼ਾਂ ਦੇ ਲੋਕ ਨੇ, ਅਸੀਂ ਵਾਈਟ ਲੋਕ ਹਾਂ ਜਿਹੜੇ, ਸੁਪਰੀਮੇਸੀ ਵੀ ਹੈ ਸਾਡੀ, ਪਰ ਸਾਨੂੰ ਫਿਰ ਇਹਨਾਂ ਦੇ ਕੋਲ। ਕਈ ਤਾਂ ਇਹ ਵੀ ਕਹਿੰਦੇ ਵੀ ਸਾਨੂੰ ਇਹਨਾਂ ਕੋਲ ਨੌਕਰੀਆਂ ਕਰਨੀਆਂ ਪਈ, ਕਿਉਂਕਿ ਕਈ ਜਿਹੜੇ ਵਾਈਟ ਨੇ ਉਹ ਕਾਲਿਆਂ ਕੋਲ ਨੌਕਰੀਆਂ ਕਰ ਰਹੇ ਨੇ, ਕਿਉਂਕਿ ਕਾਲੇ ਕਈ ਉੱਚੀਆਂ ਪੁਜੀਸ਼ਨਾਂ 'ਚ ਹੈਗੇ ਨੇ ਜਾਂ ਪੈਸੇ ਦੇ ਤੌਰ 'ਤੇ ਜਾਂ ਬਿਜ਼ਨਸ ਦੇ ਤੌਰ 'ਤੇ। ਇਹ ਇੱਕ ਪਾਰਟ ਹੈ। ਹੁਣ ਜਿਹੜਾ ਇਹ ਜਿਹੜਾ ਮਤਾ ਹੈ, ਇਹ ਮਤੇ ਦੇ ਦੋਨੇ ਪਾਸੇ ਜਾਣਗੇ। ਟਰੰਪ ਨੂੰ ਤਾਂ ਇਹਦਾ ਫਾਇਦਾ ਹੋ ਹੀ ਨਹੀਂ ਸਕਦਾ। ਉਹਦਾ ਕਾਰਨ ਇਹ ਹੈ ਕਿ ਇਹ ਲਿਆਉਣ ਨਾਲ ਉਹਨੂੰ ਟਰੰਪ ਨੇ ਤਾਂ ਇਹ ਚਾਲ ਖੇਡਣੀ ਹੈ ਇਹਦੇ 'ਚੋਂ ਵੀ ਜਿਹੜੇ ਆਰ ਐੱਸ ਐੱਸ ਉਹਦੀ ਮਦਦ ਕਰ ਰਿਹਾ ਹੈ ਉਹ ਅੰਦਰੋਂ ਅੰਦਰ ਹੀ ਆਪਦਾ ਪ੍ਰਚਾਰ ਕਰੇਗਾ ਵੀ ਦੇਖੋ ਹਮਾਰੇ ਹਿੰਦੂਆਂ ਕੋ, ਹਮਾਰੇ ਸਿੱਖੋ ਕੋ, ਇਹਨੋਂ ਯਹਾਂ ਇਸਲਿਮ ਦੀਆ ਹੈ। ਉਹ ਅੰਦਰੋਂ ਅੰਦਰ ਹੀ ਪ੍ਰਚਾਰ ਵਾਸਤੇ ਪਬਲਿਕਲੀ ਉਹਨੂੰ ਟਰੰਪ ਨੂੰ ਇਹਦਾ ਲੋਸ ਹੈ, ਕਿਉਂਕਿ ਟਰੰਪ ਤਾਂ ਕਾਰਡ ਹੀ ਦੂਜਾ ਖੇਡ ਰਿਹਾ। ਸੋ ਇਹ ਡਬਲ ਗੇਮ ਖੇਡ ਰਹੇ ਨੇ, ਜਿਵੇਂ ਦਿੱਲੀ ਦੇ ਵਿੱਚ ਖੇਡੀ ਸੀ ਵੀ ਇੱਕ ਪਾਸੇ ਸ਼ਹੀਨ ਬਾਗ ਦਾ ਧਰਨਾ ਹੈ ਤੇ ਵੀ ਦੂਜੇ ਪਾਸੇ ਵੀ ਹਿੰਦੂਆਂ ਦੀ ਵੋਟ ਕੰਸੋਲੀਡੇਟ ਕਰਨੀ ਆ ਉਹ ਦੂਜੀ ਪਾਰਟੀ। ਇਹਦਾ ਮਤਲਬ ਜੈਕੀ ਸਪੀਅਰ ਦੇ ਪਿੱਛੇ ਕੋਈ ਇੰਡੀਅਨ ਪੋਲਿਟਿਕਸ ਵੀ ਹੈ? ਹਾਂ, ਇੰਡੀਅਨ ਪੋਲਿਟਿਕਸ ਕਿਉਂ ਨਹੀਂ ਹੈ, ਇੰਡੀਅਨ ਪੋਲਿਟਿਕਸ। ਜੇ ਉੱਥੇ ਡਾਕਟਰ, ਉੱਥੇ ਡਾਕਟਰ ਪ੍ਰਿਤਪਾਲ ਸਿੰਘ ਨੇ ਸਾਨ ਫਰਾਂਸਿਸਕੋ ਉਹ ਕਾਫੀ ਮੋਟੀਵੇਟ ਕਰਿਆ ਉਹਨਾਂ ਨੇ ਇਸ ਉਸ ਨੂੰ, ਤਾਂ ਉਹ ਤਾਂ ਜਿੰਨੇ ਹਿੰਦੁਸਤਾਨ ਦੇ ਜਿਹੜੇ ਐਕਟੀਵਿਸਟ ਬਹੁਤ ਤਕੜੇ ਜਿਹੜੇ ਸੋਸ਼ਲੀ ਅਦਰਵਾਈਜ਼ ਉੱਥੇ ਨੇ, ਉਹਨਾਂ 'ਚੋਂ ਬਹੁਤ ਸਾਰੇ ਅੰਬੈਸੀ ਦੇ ਨਾਲ ਕੰਟੈਕਟ 'ਚ ਹੁੰਦੇ ਨੇ ਸਿੱਧੇ। ਕੋਈ ਕਿਸੇ ਨਾਲ ਹੁੰਦਾ, ਕੋਈ ਕਿਸੇ ਨਾਲ ਹੁੰਦਾ, ਅਸੀਂ ਪੱਤਰ ਕੱਢਦੇ ਨੇ, ਕੋਈ ਅਖਬਾਰ ਕੱਢਦੇ ਨੇ, ਉੱਥੇ ਇਹ ਨੋਨ ਨੇ ਸਾਰੀਆਂ ਚੀਜ਼ਾਂ, ਇਹੋ ਜਿਹੀ ਕੋਈ ਗੱਲ ਨਹੀਂ ਹੈ। ਸੋ ਇਸ ਕਰਕੇ ਇਹ ਜਿਹੜਾ ਪਾਰਟ ਹੈ, ਇਹ ਪਾਰਟ ਟਰੰਪ ਨੇ ਤਾਂ ਇਹਦਾ ਅੰਦਰੋਂ ਅੰਦਰ ਹੀ ਬੈਨੀਫਿਟ ਲੈਣਾ, ਪਬਲਿਕਲੀ ਉਹ ਕਹਿ ਹੀ ਨਹੀਂ ਸਕਦਾ। ਪਬਲਿਕਲੀ ਅੱਜ ਜਿਵੇਂ ਮੋਦੀ ਕਦੇ ਵੀ ਪਬਲਿਕਲੀ ਨਹੀਂ ਕਹਿਣਗੇ ਜਾਂ ਅਮਿਤ ਸ਼ਾਹ ਕਿ ਅਸੀਂ ਮੁਸਲਮਾਨਾਂ ਦੇ ਰਾਖੇ ਹਾਂ, ਉਹ ਇਹ ਕਹਿਣਗੇ ਅਸੀਂ ਇਹਨਾਂ ਨੂੰ ਕੁਛ ਨਹੀਂ ਕਹਿ ਰਹੇ, ਇਹਨਾਂ ਨੂੰ ਹਿੰਦੁਸਤਾਨੀ ਬਣ ਕੇ ਰਹਿਣਾ ਚਾਹੀਦਾ, ਅਸੀਂ ਇਹਨਾਂ ਨੂੰ ਹਿੰਦੁਸਤਾਨੀ ਮੰਨਦੇ ਹਾਂ, ਇਹ ਭਾਵੇਂ ਮੁਸਲਮਾਨ ਇਹਨਾਂ ਦਾ ਧਰਮ ਹੈ ਤਾਂ ਹਿੰਦੁਸਤਾਨੀ ਹੋਈ ਹੈ, ਹਰ ਹਿੰਦੁਸਤਾਨੀ ਹਿੰਦੂ ਆ, ਇਹੋ ਜਿਹੀਆਂ ਗੱਲਾਂ ਕਰਨਗੇ, ਉਹ ਇਹ ਨਹੀਂ ਕਹਿ ਸਕਦੇ ਵੀ ਇਹ ਬਰਾਬਰ ਨੇ। ਤੁਸੀਂ ਪ੍ਰੋਫੈਸਰ ਮਨਜੀਤ ਸਿੰਘ ਨਾਲ ਸਟੈਂਡ ਕਰਦੇ ਹੋ ਡਾਕਟਰ ਕਰਕੇ ਜੋ ਇਹਨਾਂ ਨੇ ਗੱਲਾਂ ਕਹੀਆਂ? ਨਹੀਂ, ਮੈਂ ਇਸ ਗੱਲ ਦੇ ਉੱਤੇ ਕਿ ਟਰੰਪ ਨੇ ਇਹ ਕੋਈ ਕਾਰਡ ਖੇਲਿਆ, ਮੈਂ ਇਸ ਨੂੰ ਐਂ ਕਾਰਡ ਨਹੀਂ ਮੰਨਦਾ। ਮੈਨੂੰ ਇਹ ਬਲਕਿ ਆਰ ਐੱਸ ਐੱਸ ਜਾਂ ਭਾਰਤੀ ਏਜੰਸੀਆਂ ਦਾ ਮਾੜਾ ਮੋਟਾ ਕਾਰਡ ਹੋ ਸਕਦਾ ਟਰੰਪ ਦੀ ਮਦਦ ਕਰਨ ਵਾਸਤੇ, ਕਿਉਂਕਿ ਇਦੋਂ ਪਹਿਲਾਂ ਟਰੰਪ ਦੇ ਵਿਰੋਧੀਆਂ ਨੇ ਕਹਿਤਾ ਵੀ ਹਿੰਦੁਸਤਾਨੀਆਂ ਨੂੰ ਆਪਦੇ ਨਾਲ ਰਲਾਉਣ ਵਾਸਤੇ, ਕਿਉਂਕਿ ਉਹਨਾਂ ਨੇ ਦੇਖ ਲਿਆ ਕਿ ਜਿਹੜੇ ਹਿੰਦੁਸਤਾਨੀ ਨੇ, ਕਾਲੀ ਲੋਕ ਤਾਂ ਉੱਥੇ ਬਹੁਤ ਨੇ, ਵੀ ਜਿਹੜੇ ਹਿੰਦੁਸਤਾਨੀ ਨੇ ਉਹ ਸਮ ਹਾਊ ਆਰ ਐੱਸ ਐੱਸ ਨੇ ਆਪਦੇ ਵਾਸਤੇ ਕਰੇ ਹੋਏ ਨੇ, ਤਾਂ ਉਹਨਾਂ ਨੇ ਆਖਿਆ ਅਸੀਂ ਵੀ ਹਿੰਦੁਸਤਾਨੀਆਂ ਦਾ ਆਹ ਕਰਾਂਗੇ। ਉਸ ਦੇ ਈਵਲਸ ਦੇ ਵਿੱਚ ਕੁਛ ਦਿਨ ਪਹਿਲਾਂ ਹੀ ਆਇਆ, ਉਸ ਦੇ ਵਿੱਚ ਹੀ ਇਹ ਇੱਕ ਰੈਜ਼ੋਲੂਸ਼ਨ ਮੂਵ ਹੋਇਆ ਉਹਨੂੰ ਅਪੋਜ਼ ਕਰਨ ਦਾ। ਠੀਕ ਹੈ ਪ੍ਰਸਮਨਜੀਤ ਸਿੰਘ, ਜਿਹੜਾ ਇਹ ਇੰਡੀਅਨ ਪੋਲਿਟਿਕਸ ਦਾ ਜ਼ਿਕਰ ਕਰਦੇ ਪਏ ਆ ਡਾਕਟਰ ਗਰਗ, ਮੈਨੂੰ ਲੱਗਦਾ ਥੋੜ੍ਹਾ ਬਹੁਤ ਤੁਸੀਂ ਵੀ ਇਤਫਾਕ ਰੱਖੋਗੇ ਇਹਨਾਂ 'ਤੇ। ਸਰ, ਸਵਾਲ ਫਿਰ ਅਫਗਾਨਿਸਤਾਨ ਤੋਂ ਖੜ੍ਹਾ ਹੋ ਕੇ ਭਾਰਤ ਅਤੇ ਅਮਰੀਕਾ ਵਿੱਚ ਕਿਉਂ ਪਹੁੰਚਦਾ ਪਿਆ? ਇੱਕ ਪਾਸੇ ਤੁਸੀਂ ਲੋਕ ਕਹਿ ਰਹੇ ਹੋ ਕਿ ਬਾਹਲਾ ਪੋਲਿਟਿਕਸ ਨੂੰ ਨਹੀਂ ਫਾਇਦਾ ਹੋਣਾ ਗਾ, ਅੰਦਰ ਖਾਤੇ ਸਾਰੀ ਗੇਮ ਪਲਾਨ ਕੀਤਾ ਜਾ ਰਿਹਾ, ਸਰ ਅੰਦਰਲੀ ਚੀਜ਼ ਤਾਂ ਮੈਨੂੰ ਸਮਝਾ ਦਿਓ ਨਾ, ਮੈਂ ਆਪਣੇ ਦਰਸ਼ਕਾਂ ਨੂੰ ਕੀ ਦੱਸਣਾ? ਇੱਕ ਗੱਲ ਤੁਸੀਂ ਇਹ ਅੰਦਾਜ਼ਾ ਲਾਓ, ਤੁਸੀਂ ਪਹਿਲਾਂ ਮੋਟੇ ਤੌਰ 'ਤੇ ਸੋਚੋ, ਇਹਦੇ ਲਈ ਕੋਈ ਬਹੁਤ ਸਾਨੂੰ ਸਾਇੰਟਿਸਟ ਜਾਂ ਐਨਾਲਿਸਟ ਹੋਣ ਦੀ ਲੋੜ ਨਹੀਂ ਹੈ। ਇਹ ਤਾਂ ਪਬਲਿਕਲੀ ਨਾਰਾ ਲਾ ਕੇ ਆਇਆ ਅਬ ਕੀ ਬਾਰ ਟਰੰਪ ਸਰਕਾਰ, ਇਹ ਤਾਂ ਵੱਡੀ ਰੈਲੀ ਕਰਕੇ ਆਇਆ, ਅਤੇ ਟਰੰਪ ਦੀ ਇੱਥੇ 60,000 ਲੋਕਾਂ ਦੀ ਰੈਲੀ ਕੀਤੀ ਇਹਨੇ ਅਹਿਮਦਾਬਾਦ ਦੇ ਵਿੱਚ, ਅਤੇ ਨਾਲ ਹੀ ਇੱਥੇ ਕਰੋਨਾ ਲਿਆਂਦਾ, ਨਾਲ ਮਤਲਬ ਕਾਫੀ ਛੱਟਾ ਦੇ ਕੇ ਗਿਆ ਉਹ ਜਦੋਂ ਉਹਨਾਂ ਦਿਨਾਂ 'ਚ ਕਰੋਨਾ ਫੈਲਿਆ ਹੋਇਆ ਸੀਗਾ। ਇਹ ਦੋ ਗੱਲਾਂ ਕੀ ਇੰਡੀਕੇਟ ਕਰਦੀਆਂ ਕਿ ਸਿੱਧੇ ਤੌਰ ਦੇ ਉੱਤੇ ਜਿਹੜੀ ਗੁਜਰਾਤੀ ਕਮਿਊਨਿਟੀ ਆ ਵੱਡੇ ਪੱਧਰ ਤੇ, ਉੱਥੇ ਕਾਫੀ ਵੱਡੀ ਗਿਣਤੀ 'ਚ ਗੁਜਰਾਤੀ ਆ, ਪੰਜਾਬੀ ਹੈ, ਬਾਕੀ ਬਹੁਤ ਘੱਟ ਹੈਗੇ ਆ, ਹੌਲੀ ਹੌਲੀ ਦੂਸਰੇ ਸੂਬਿਆਂ ਤੋਂ ਵੀ ਲੋਕ ਜਾ ਰਹੇ, ਪਰ ਮੁੱਖ ਦੋ ਇੰਡੀਅਨ ਕਮਿਊਨਿਟੀ ਇਹੀ ਹੈਗੀਆਂ, ਕੈਨੇਡਾ 'ਚ ਵੀ ਪੰਜਾਬੀ ਕਾਫੀ ਹੈਗੇ। ਇਹ ਜਿਹੜੀਆਂ ਕਮਿਊਨਿਟੀਜ਼ ਉੱਥੇ ਜ਼ਿਆਦਾ ਹੈਗੀਆਂ, ਉਹਨਾਂ 'ਚੋਂ ਘੱਟੋ ਘੱਟ ਗੁਜਰਾਤੀਆਂ ਨੂੰ ਕੰਸੋਲੀਡੇਟ ਕਰਕੇ ਇਹਦੇ ਪਿੱਛੇ ਮੋਦੀ ਤੋਰਨਾ ਚਾਹੁੰਦਾ। ਕੱਲ੍ਹ ਨੂੰ
ਜਿਹੜਾ ਜਿਹੜਾ ਕਿ ਬੜੇ ਚਾਂਸ ਲੱਗਦੇ ਆ ਕਿ ਟਰੰਪ ਨੂੰ ਰਾਊਟ ਕਰ ਦੇਣਾ ਹੈ ਜੋ ਬਾਦੇ ਬਾਈਡਨ ਨੇ, ਉਹ ਉਹਨਾਂ ਦੀ ਦੋਵਾਂ ਦੀ ਜੋੜੀ ਨੇ ਜਿਹੜੀ ਆ ਕਮਲਾ ਹੈਰਿਸ ਤੇ ਇਹਨਾਂ ਦੋਵਾਂ ਨੇ ਉਹ, ਕਿਉਂਕਿ ਅੱਜ ਦੀ ਜੋ ਡੇਟ ਦੇ ਵਿੱਚ ਆ ਰਹੇ ਆ 12-15% ਅੱਗੇ ਆ ਰਹੇ ਆ ਉਹ ਜਿਹੜੇ ਸਰਵੇ ਉਹਨਾਂ ਦੇ ਆ, ਔਰ ਉਹਨਾਂ ਨੇ ਅਜੇ ਕੰਪੇਨ ਫੁੱਲ ਫਲੈਸ਼ ਸ਼ੁਰੂ ਕੀਤੀ ਨਹੀਂ, ਮੈਨੂੰ ਲੱਗਦਾ ਉਹ ਅਪਰੂਵ ਕਰਨਗੇ ਅਨਲੈਸ ਕਿ ਕੋਈ ਹੋਰ ਰਸਤੇ ਦੇ ਵਿੱਚ ਚਕਮਾ ਜਿਹੜਾ ਦੇ ਦਿੰਦਾ ਟਰੰਪ। ਹੁਣ ਸਵਾਲ ਇਹ ਆ ਕਿ ਸਾਡਾ ਕਿਉਂ ਨਹੀਂ ਮੋਦੀ ਸਾਹਿਬ ਦਾ ਇੰਟਰਸਟ ਹੋਊਗਾ ਕਿ ਉੱਥੇ ਜਿਹੜਾ ਟਰੰਪ ਜਿੱਤਣਾ ਚਾਹੀਦਾ, ਇਜ਼ਰਾਈਲ ਨਾਲ ਇਹਨਾਂ ਦੇ ਕਿੰਨੇ ਚੰਗੇ ਰਿਲੇਸ਼ਨ ਆ, ਉੱਧਰ ਟਰੰਪ ਤੇ ਇਜ਼ਰਾਈਲ ਆਪਣੇ ਆਪ ਨੂੰ ਬਿਲਕੁਲ ਨੇਤਨਯਾਹੂ ਦੇ ਪਿੱਠ ਦੇ ਪਿੱਛੇ ਖੜੇ ਹੁੰਦਾ, ਇਹ ਇਹਨਾਂ ਨੂੰ ਜਿਹੜੀ ਸਾਂਝ ਭਿਆਲੀ ਚੱਲ ਰਹੀ ਉਹ ਐਂਟੀ ਇਸਲਾਮ ਸਾਂਝ ਭਿਆਲੀ ਚੱਲ ਰਹੀ ਹੈ ਕਿ ਦੇਖੋ ਤਾਲਿਬਾਨ ਜਿਹੜੇ ਮਾਰ ਰਹੇ ਆ, ਮੁਸਲਮਾਨ ਮਾਰ ਰਹੇ ਆ, ਹਿੰਦੂਆਂ ਨੂੰ ਮਾਰ ਰਹੇ ਆ, ਸਿੱਖਾਂ ਨੂੰ ਮਾਰ ਰਹੇ ਆ, ਔਰ ਉਸ ਗੱਲ ਨੂੰ ਰੌਲਾ ਪਾ ਕੇ ਇਹ ਆਪਣੀ ਵੋਟ ਉੱਥੇ ਕੰਸੋਲੀਡੇਟ ਕਰਨਾ ਚਾਹੁੰਦੇ, ਨਾਲੇ ਜਿਹੜਾ ਇੱਥੇ ਮੋਦੀ ਸਾਹਿਬ ਦਾ ਨੱਕ ਰੱਖਣਾ ਚਾਹੁੰਦੇ ਆ, ਜੇ ਉਹ ਪਲਟ ਗਿਆ ਤੇ ਫਿਰ ਕਿਹੜੇ ਮੂੰਹ ਦੇ ਨਾਲ ਜੋ ਬਾਈਡਨ ਨਾਲ ਗੱਲ ਕਰਨਗੇ। ਪ੍ਰੋਫੈਸਰ ਸਾਹਿਬ ਫਿਰ ਇੱਥੇ ਇਸ ਮੁੱਦੇ ਤੇ ਡਿਬੇਟ ਕਿਉਂ ਨਹੀਂ ਹੋ ਰਹੀ? ਲੋਕ ਇੱਥੇ ਤੇ ਡਿਬੇਟ ਕਿੱਥੇ ਕਰਦੇ? ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਕਿ ਅੱਜ ਕੋਈ ਮੈਨੂੰ ਕਹਿ ਰਿਹਾ ਸੀਗਾ ਕਿ ਆਓ ਆਓ ਡਿਬੇਟ ਕਰਨੀ, ਮੈਂ ਕਾਹਦੇ ਤੇ? ਦੋ ਆਖੇ ਪੀਸੀਐਸ ਬੰਦਿਆਂ ਨੇ ਆਪਣੀ ਮਾਂ ਨੂੰ ਘਰੋਂ ਕੱਢਤਾ, ਹੁਣ ਇਹੋ ਜਿਹੀਆਂ ਤੇ ਡਿਬੇਟਾਂ ਦੇ ਇਸ਼ੂ ਆ ਤੇ ਜਿਹੜੇ ਉਹ ਮੈਨੂੰ ਲੱਗਦਾ, ਮਤਲਬ ਦੇਖੋ ਨਾ ਸੋਚ ਕਿਹੋ ਜਿਹੀ ਆ ਤੁਹਾਡੀ, ਤੁਸੀਂ ਦੁਨੀਆ ਬਾਰੇ ਕਿੰਨਾ ਸੋਚਦੇ ਆ, ਦੇਸ਼ ਬਾਰੇ ਕਿੰਨਾ ਸੋਚਦੇ ਆ, ਲਾਰਜਰ ਜਿਹੜੇ ਇਸ਼ੂ ਆ ਆਰਥਿਕ ਰਾਜਨੀਤਿਕ ਕਿੰਨਾ ਸੋਚਦੇ ਆ, ਉਹ ਤੈਅ ਕਰਦਾ ਹੈ ਕਿ ਤੁਹਾਡਾ ਇਸ਼ੂ ਕੀ ਹੋਊਗਾ। ਇਸ ਕਰਕੇ ਮੈਨੂੰ ਲੱਗਦਾ ਕਿ ਇੱਥੇ ਇਸ ਲਈ ਨਹੀਂ ਹੋ ਰਹੀ ਕਿਉਂਕਿ ਜੋ ਮੋਦੀ ਨੂੰ ਨਹੀਂ ਸੂਟ ਕਰਦਾ, ਮੋਦੀ ਨੂੰ ਜਿੱਥੇ ਕੰਡਾ ਚੁੱਭਦਾ ਆ ਉਹ ਇੱਥੇ ਦਾ ਮੀਡੀਆ ਕਦੀ ਨਹੀਂ ਕਰੂਗਾ, ਟਾਲਦਾ। ਸਰ ਜਦੋਂ ਮੈਂ ਵੀ ਡਿਬੇਟ ਬਾਰੇ ਸੋਚ ਰਿਹਾ ਸੀਗਾ, ਕੁਝ ਮਹਿਮਾਨਾਂ ਨੂੰ ਸਾਡੇ ਅਸਾਈਨਮੈਂਟ ਨੇ ਕਾਲ ਵੀ ਕੀਤੀ ਆ, ਉਹ ਕਹਿੰਦੇ 700 ਸਿੱਖਾਂ ਦਾ ਮਸਲਾ ਕਿਉਂ ਚੁੱਕ ਰਹੇ ਹੋ ਤੁਸੀਂ? ਹਾਂਜੀ ਹਾਂਜੀ, ਕਿੰਨਾ ਦਾ? ਉਹ ਕਹਿੰਦੇ 700 ਸਿੱਖਾਂ ਦੀ ਗੱਲ ਕਿਉਂ ਕਰ ਰਹੇ ਹੋ ਤੁਸੀਂ? ਇੰਨੀ ਕੁ ਗਿਣਤੀ ਵਿੱਚ ਹਿੰਦੂ, ਉਹਨਾਂ ਦੀ ਗੱਲ ਕਿਉਂ ਕਰ ਰਹੇ ਹੋ ਤੁਸੀਂ? ਨਹੀਂ 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 ਨਹੀਂ, ਇਹਦਾ ਸੰਬੋਲਿਕ ਮਤਲਬ ਆ 700 ਹੋਣ ਜਾਂ 7 ਹੋਣ, ਉਹਦਾ ਨਹੀਂ ਮਤਲਬ ਹੈ। ਵੋਟਾਂ ਥੋੜੀ ਚੱਲੀਆਂ ਉੱਥੇ, ਉਹਨਾਂ ਨੇ ਵੋਟਾਂ ਥੋੜੀ ਪਾਉਣੀਆਂ। ਸਵਾਲ ਇਹ ਆ ਕਿ ਇਹ ਦੱਸਣਾ ਚਾਹੁੰਦੇ ਆ ਕਿ ਦੇਖੋ ਜੀ ਉੱਥੇ ਮੁਸਲਮਾਨ ਉਹਨਾਂ ਨੂੰ ਮਾਰ ਰਹੇ ਆ, ਤਾਲਿਬਾਨ ਮਾਰ ਰਹੇ, ਤੇ ਤਾਲਿਬਾਨ ਇਹਦੇ ਘਰ ਦੀ ਖੇਤੀ ਇਹਨੇ ਆਪ ਪਾਲੇ ਹੋਏ ਆ। ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹ ਦੋਨੋਂ ਮਹਿਮਾਨ ਹੈ ਆਪਦੀ ਉਹਦੀ ਗੱਲ ਤੇ ਸਟੈਂਡ ਕਰ ਪਾਣਗੇ? ਬ੍ਰੇਕ ਤੋਂ ਵਾਪਸ ਆ ਰਹੇ ਹਾਂ। ਸਵਾਲ ਇਹ ਪੁੱਛ ਰਹੇ ਅਫਗਾਨਿਸਤਾਨ ਦੇ ਹਿੰਦੂ ਸਿੱਖਾਂ ਤੇ ਭਾਰਤ ਤੋਂ ਅਮਰੀਕਾ ਤੱਕ ਪਨਾਹ ਵਾਲੀ ਪੋਲਿਟਿਕਸ ਕਿਉਂ? ਡਾਕਟਰ ਗਰਗ ਸਰ, ਪ੍ਰੋਫੈਸਰ ਮਨਜੀਤ ਸਿੰਘ ਨੇ ਤਾਂ ਸਿੱਧੇ ਸਿੱਧੇ ਸ਼ਬਦਾਂ ਵਿੱਚ ਇਹ ਗੱਲ ਕਹਿਤੀ ਐਂਟੀ ਮੁਸਲਿਮ, ਦੋਨਾਂ ਦਾ ਏਜੰਡਾ ਕਹਿੰਦੇ ਸੇਮ ਹੈ। ਡਾਕਟਰ ਗਰਗ, ਤੁਸੀਂ ਪੂਰਨ ਇਤਫਾਕ ਰੱਖਦੇ ਹੋ ਪ੍ਰੋਫੈਸਰ ਮਨਜੀਤ ਸਿੰਘ ਜਿਹੜੇ ਸਟੈਂਡ ਤੇ ਖੜੇ ਆ? ਨਹੀਂ, ਤੁਸੀਂ ਅਸਲ 'ਚ ਜਿਹੜਾ ਕਹਿੰਦੇ ਹੋ ਨਾ ਵੀ ਇਹ ਦੋਵੇਂ ਆਪਦੇ ਸਟੈਂਡ 'ਚ, ਮੈਂ ਕਹਿੰਦਾ ਨਾ ਇਹਨਾਂ ਦਾ ਸਟੈਂਡ ਵੱਖਰਾ ਨਾ ਮੇਰਾ ਵੱਖਰਾ, ਸਟੈਂਡ ਇੱਕੋ ਜਿਹਾ, ਲਫ਼ਜ਼ਾਂ ਦੇ ਫਰਕ ਹੈ। ਮੈਂ ਇਹ ਕਹਿਣਾ, ਇਹ ਵੀ ਇਹੀ ਕਹਿੰਦੇ ਨੇ ਵੀ ਜਿਹੜਾ ਜਿਹੜਾ ਟਰੰਪ ਹੈ, ਪਹਿਲੀ ਗੱਲ ਉਹ ਰੇਸ਼ੀਅਲ ਵੋਟਾਂ ਮੰਗ ਰਿਹਾ, ਉਹ ਇਹਨਾਂ ਨੂੰ ਵੀ ਪਤਾ, ਮੈਨੂੰ ਵੀ ਪਤਾ, ਸਭ ਤੁਹਾਨੂੰ ਵੀ ਪਤਾ, ਉਹ ਵਾਈਟ ਲਿਸਟ ਤੋਂ ਮੰਗ ਰਿਹਾ। ਮੋਦੀ ਸਾਹਿਬ ਜਾ ਕੇ ਉਹ ਕਹੇ ਆਪ ਕੀ ਬਾਰ ਟਰੰਪ ਕੀ ਸਰਕਾਰ, ਮੋਦੀ ਤੇ ਟਰੰਪ ਸਾਹਿਬ ਦੀ ਜਾਰੀ ਬੜੀ ਹੈ, ਉਹ ਆਪਾਂ ਨੂੰ ਸਭ ਨੂੰ ਪਤਾ ਉਹ ਜੋ ਕੁਛ ਹੋਇਆ। ਹੁਣ ਇੱਕ ਗੱਲ ਹੈ ਵੀ ਇੱਕ ਦੈਂਤ ਬਣਾ ਕੇ ਖੜਾ ਕਰਨਾ ਨਾਲ, ਕਿਉਂਕਿ ਕਾਲਿਆਂ ਦੇ ਤੋਂ ਪਹਿਲਾਂ ਹੀ ਆ ਵੀ ਮੁਸਲਮਾਨਾਂ ਨੇ, ਕਿਉਂਕਿ ਪਹਿਲਾਂ ਵੀ ਉਹਨਾਂ ਨੇ ਜਿਹੜਾ 9/11 ਸੀ ਉਹ ਵੀ ਮੁਸਲਮਾਨਾਂ ਦੇ ਉੱਤੇ ਹੀ ਜੁੜਿਆ ਹੋਇਆ ਸੀ, ਉਹ ਇੱਕ ਟੈਰੋਰਿਜ਼ਮ ਕਹਿ ਕੇ, ਕੋਈ ਵੱਡੀ ਗੱਲ ਨਹੀਂ ਵੀ ਕੱਲ੍ਹ ਨੂੰ ਕੋਈ ਹਮਲਾ ਵੀ ਕਰਨ ਦੀ ਸਕੀਮ ਹੋਵੇ, ਅਤੇ ਉਹ ਟੈਰੋਰਿਜ਼ਮ ਕਹਿ ਕੇ ਇੱਕ ਮੁਹੰਮਦਨ ਕਮਿਊਨਿਟੀ ਨੂੰ ਇੱਕ ਤਰੀਕੇ ਨਾਲ ਇਹ ਪੇਸ਼ ਕਰਨਾ, ਉਹਦੇ 'ਚ ਵੀ ਉਹਨਾਂ ਦਾ ਹੋ ਸਕਦਾ। ਪਰ ਜਿਹੜੀ ਗੱਲ ਇਹ ਤੀਜਾ ਪਾਰਟ ਹੈ, ਮੋਦੀ ਨੂੰ
ਵੀ ਉੱਥੇ ਜੇ ਟਰੰਪ ਜਿੱਦਾਂ ਮੋਦੀ ਦੀ ਇੱਜ਼ਤ ਰਹਿੰਦੀ, ਇਹ ਤਾਂ ਕੋਈ ਕਿਸੇ ਨੂੰ ਮਤਭੇਦ ਨਹੀਂ ਹੈ, ਕਿਉਂਕਿ ਮੋਦੀ ਜਿਹੜੇ ਜਿਹਨੂੰ ਮੋਦੀ ਸਪੋਰਟ ਕਰਦਾ, ਜੇ ਉਹ ਹਾਰਦਾ ਤਾਂ ਮੋਦੀ ਦੀ ਹਾਰ ਹੈ, ਅਤੇ ਜੇ ਜਿੱਤਦਾ ਤਾਂ ਮੋਦੀ ਸਾਹਿਬ ਜਿੱਤਦੇ ਨੇ। ਇਹ ਗੱਲਾਂ 'ਚ ਕਿਸੇ ਨੂੰ ਕੋਈ ਲੁਕਛਿਪ ਨਹੀਂ। ਉਹ ਠੀਕ ਹੈ, ਪ੍ਰੋਫੈਸਰ ਸਾਹਿਬ ਨੇ ਵਿੱਚ ਕੋਈ ਵੇਦ ਪੜ੍ਹਨ ਵਾਲੀ ਗੱਲ ਨਹੀਂ ਹੈ, ਇਹਦੇ 'ਚ ਕੋਈ ਬਹੁਤਾ ਇੰਟਰਪ੍ਰੇਸ਼ਨ ਵਾਲੀ ਗੱਲ ਨਹੀਂ। ਇਸ਼ੂ ਕਿੱਥੇ ਹੈ? ਇਸ਼ੂ ਇੱਥੇ ਹੈ ਕਿ ਇਹਨਾਂ ਨੇ ਇਹ ਕਾਰਡ ਖੇਲਿਆ ਮੋਦੀ ਸਾਹਿਬ ਨੇ ਜਾ ਕੇ, ਤਾਂ ਜਿਹੜੀ ਆਪੋਜੀਸ਼ਨ ਸੀ ਉਹਨੇ ਕਿਹਾ ਅਸੀਂ ਵੀ ਹਿੰਦੂਆਂ ਦਾ ਕਰਾਂਗੇ। ਹੁਣ ਜਿਹੜਾ ਇਹ ਰੈਜ਼ੋਲੂਸ਼ਨ ਹੈ, ਇਹ ਰੈਜ਼ੋਲੂਸ਼ਨ ਇਸ ਵਾਸਤੇ ਪਾਸ ਹੋਣਾ ਹੈ, ਇਸ ਕਿਉਂਕਿ ਦੋਨੇ ਧਿਰਾਂ ਪਾਸ ਕਰਾਉਣ 'ਤੇ ਤਿਆਰ ਹੋਣਗੀਆਂ, ਦੋਨੇ ਧਿਰਾਂ ਨਹੀਂ ਕਰਨਾ ਚਾਹੁੰਦੀਆਂ। ਜਿਹੜਾ RSS ਦਾ ਕੈਡਰ ਹੈ, ਜੋ ਗੁਜਰਾਤੀ ਉੱਥੇ ਬੈਠੇ ਨੇ, RSS ਬਾਕੀ ਬਹੁਤ ਬੰਦੇ ਬੈਠੇ ਨੇ, ਉਹਨਾਂ ਨੇ ਪ੍ਰਚਾਰ ਕਰਨਾ ਵੀ ਦੇਖੋ ਇਹ ਟਰੰਪ ਸਾਹਿਬ ਨੇ ਕਰਿਆ, ਹਿੰਦੂਆਂ ਅਤੇ ਸਿੱਖਾਂ ਦੇ ਉੱਤੇ ਮੁਸਲਮਾਨ ਜ਼ੁਲਮ ਕਰ ਰਹੇ, ਕਿਉਂਕਿ ਮੁਸਲਮਾਨ ਐਂਟੀ ਮੁਸਲਮਾਨ ਤਾਂ ਉਹਨਾਂ ਦਾ ਪੱਕਾ ਕਾਰਡ ਹੈ ਨਾ RSS ਦਾ, ਤਾਂ RSS ਵਾਸਤੇ ਤਾਂ ਐਂਟੀ ਮੁਸਲਮਾਨ ਸਭ ਤੋਂ ਵੱਡੀ ਗੱਲ ਹੈ, ਉਸ ਤੋਂ ਬਾਅਦ ਬਾਕੀ ਮਿਨੋਰਟੀਜ਼ ਨੇ। ਸੋ ਇਸ ਕਰਕੇ ਉਹਨਾਂ ਨੇ ਇਹ ਕਾਰਡ ਖੇਲਣਾ, ਪਰ ਉਹ ਇਹ ਪਬਲਿਕਲੀ ਨੇ, ਮੈਂ ਫਿਰ ਕਹਿਣ ਨੂੰ ਤਿਆਰ ਹਾਂ, ਕਿਉਂਕਿ RSS ਦਾ ਸਟਾਈਲ ਹੀ ਹੈ, ਕਿਉਂਕਿ ਪਬਲਿਕਲੀ ਖੇਡਣਗੇ ਤਾਂ ਟਰੰਪ ਦੇ ਉਲਟ ਜਾਏਗਾ। ਇਹ ਤਾਂ ਕਹੀ ਜਾਣ ਵੀ ਟਰੰਪ ਨੂੰ ਵੋਟ ਪਾਓ, ਪਰ ਪਬਲਿਕਲੀ ਇਹ ਕਾਰਡ ਨਹੀਂ ਖੇਡ ਸਕਦੇ। ਇਹ ਕਾਰਡ ਉਹ ਮੂੰਹੋਂ ਦੂਹੀ ਲੋਕਾਂ ਦੇ ਵਿੱਚ ਕਾਨਾ ਫੂਸੀ ਦੇ ਰਾਹੀਂ ਲਿਜਾਣਗੇ ਵੀ ਦੇਖੋ ਜੀ, ਟਰੰਪ ਨੇ ਹਿੰਦੂਆਂ ਅਤੇ ਸਿੱਖਾਂ ਨੂੰ ਮੁਸਲਮਾਨਾਂ ਦੇ ਜ਼ੁਲਮ ਤੋਂ ਬਚਾਇਆ, ਮੁਸਲਮਾਨ ਉਹਨਾਂ ਨੂੰ ਮਾਰ ਰਹੇ ਸੀ, ਕਤਲ ਕਰ ਰਹੇ ਸੀ, ਉਹਨਾਂ ਦਾ ਆਹ ਕਰ ਰਹੇ ਸੀ। ਜੇ ਇਹ ਦਿੱਲੀ 'ਚ ਇਹ ਨਾਰਾ ਦੇ ਸਕਦੇ ਨੇ ਵੀ ਮੁਸਲਮਾਨ ਤੁਹਾਡੇ ਬਹੂ ਬੇਟੀਆਂ ਦੀ ਇੱਜ਼ਤ ਲੁੱਟ ਲੈਣਗੇ, ਇੱਥੇ ਆਹ ਹੋਜੂ ਆਹ ਹੋਜੂ, ਚੋਣਾਂ ਤੋਂ ਪਹਿਲਾਂ ਦਿੱਲੀ 'ਚ ਜੇ ਨਹੀਂ ਕਿਹਾ ਤਾਂ ਦੱਸੋ, ਜੇ ਗੋਲੀਆਂ ਦੇ ਕੇ ਬੰਦੇ ਭੇਜ ਸਕਦੇ ਨੇ, ਇਹ ਕੀ ਨਹੀਂ ਕਰ ਸਕਦੇ? ਸੋ ਇਹ ਕੁਛ ਵੀ ਕਰ ਸਕਦੇ ਨੇ। ਅਤੇ ਹੁਣ ਕਿਉਂਕਿ ਟਰੰਪ ਨਾਲ ਜਾਰੀ ਨਿਭਾਉਣੀ ਹੈ, ਟਰੰਪ ਤਕੜਾ ਹੈ, ਅਮਰੀਕਾ ਤਕੜਾ ਹੈ, ਇਹ ਅਮਰੀਕਾ ਦੇ ਪਿਛਲੱਗ ਬਣੇ ਹੋਏ ਨੇ, ਇਸ ਕਰਕੇ ਉੱਥੇ ਇਹ ਹਰ ਤਰ੍ਹਾਂ ਦੇ ਹੀਲੇ ਵਰਤਣਗੇ, ਇਹ ਇੱਕ ਹੀਲ ਹੈ। ਠੀਕ ਠੀਕ ਹੈ ਪ੍ਰਸਮਨਜੀਤ ਸਿੰਘ। ਸਰ ਫੈਸਲਾ ਤਾਂ ਲੋਕਾਂ ਨੇ ਕਰਨਾ ਹੈ ਜੋ ਤੁਸੀਂ ਕੋਈ ਦੱਸ ਰਹੇ ਹੋ। ਮੇਰਾ ਸਵਾਲ ਹੈ ਸਰ, ਅਮਰੀਕਾ ਭਾਰਤ ਦੀ ਪੋਲੀਟਿਕਸ ਤੋਂ ਬਾਹਰ ਨਿਕਲ ਕੇ, ਟਰੰਪ ਮੋਦੀ ਦੀ ਪੋਲੀਟਿਕਸ ਤੋਂ ਬਾਹਰ ਨਿਕਲ ਕੇ ਜੇ ਇੱਕ ਰਣਨੀਤੀ ਤਹਿਤ ਇਹ ਫੈਸਲਾ ਸਮਝਿਆ ਜਾਵੇ ਜਾਂ ਮਤਾ ਸਮਝਿਆ ਜਾਵੇ ਕਿ ਉੱਥੇ ਜਿਹੜੇ ਹਿੰਦੂ ਸਿੱਖ ਹੈ ਜਾਂ ਹੋਰ ਘੱਟ ਗਿਣਤੀ ਹੈ ਜਿਨ੍ਹਾਂ 'ਤੇ ਤਸ਼ੱਦਦ ਹੋਇਆ, ਤਾਂ ਤਸ਼ੱਦਦ ਤਾਂ ਹੋਇਆ, ਆਪਣੇ ਕੋਲ ਡਾਟਾ ਪਿਆ, ਕਾਬੁਲ ਦੇ ਗੁਰਦੁਆਰੇ ਦਾ ਮਾਮਲਾ ਆਪਣੇ ਕੋਲ ਪਿਆ, ਸਾਰਾ ਕੁਛ ਹੋਰ ਵੀ ਪਿਆ ਹੋਇਆ। ਸਰ ਸਵਾਲ ਇਹ ਹੈਗਾ ਕਿ ਉੱਥੇ ਤਾਲਿਬਾਨ ਦੇ ਖਿਲਾਫ਼ ਕੋਈ ਰਣਨੀਤੀ ਘੜਨ ਦੀ ਕੋਸ਼ਿਸ਼ ਤਾਂ ਨਹੀਂ ਹੈਗੀ? ਸਰ ਸਾਨੂੰ ਉਸ ਪ੍ਰੋਸਪੈਕਟਿਵ 'ਤੇ ਵੀ ਸੋਚਣਾ ਚਾਹੀਦਾ ਕਿ ਨਹੀਂ ਸੋਚਣਾ ਚਾਹੀਦਾ? ਰਸਮਜੀਤ ਸਿੰਘ ਬਿਲਕੁਲ ਬਿਲਕੁਲ ਕੋਈ ਰਣਨੀਤੀ ਇਹਨਾਂ ਦੀ ਨਹੀਂ ਹੈਗੀ ਆ, ਇਹਨਾਂ ਦੇ ਪਾਲੇ ਹੋਏ ਆ ਸਭ ਜਗ੍ਹਾ, ਜਿਹੜੀ ਇਸਲਾਮਿਕ ਸਟੇਟ ਦੀਆਂ ਗੱਲਾਂ ਕਰਦੇ ਆ ਉਹ ਬਿਨਾਂ ਸੁਪਰ ਪਾਵਰ। ਰਸਮਜੀਤ ਸਿੰਘ ਤੁਸੀਂ ਕਹਿ ਰਹੇ ਉਹਨਾਂ ਦੇ ਪਾਲੇ ਹੋਏ, ਕੱਲ ਨੂੰ ਤੁਸੀਂ ਕਹਿ ਦੋਗੇ ਕਾਬਲ 'ਚ ਹਮਲਾ ਇਹਨਾਂ ਨੇ ਕਰਵਾਤਾ, ਇਹ ਵੀ ਤੁਸੀਂ ਕਹਿ ਦੋਗੇ ਫਿਰ ਤਾਂ? ਨਹੀਂ ਨਹੀਂ ਕਹਿਣ ਨੂੰ ਕੀ ਆ, ਮੇਰੇ ਕੋਲ ਹੁਣ ਜੇ ਪ੍ਰੂਫ ਨਹੀਂ ਹੈਗੇ, ਪਰ ਇਹਦੇ 'ਚ ਕੋਈ ਵੀ ਕਿਹੜਾ ਸ਼ੱਕ ਕੇ ਕਰਨ ਨੂੰ ਕੀ ਹਰਜਿਆ? ਬਿਲਕੁਲ ਕੀਤਾ ਜਾ ਸਕਦਾ ਇਹੋ ਜਿਹਾ ਸ਼ੱਕ, ਕਿਉਂਕਿ ਜਿੰਨੀ ਮਰਸਨਰੀ ਟਾਈਪ ਪੋਲੀਟਿਕਸ ਅਮਰੀਕਾ ਕਰਦਾ ਕੋਈ ਨਹੀਂ ਕਰਦਾ। ਅਮਰੀਕਾ ਦਾ ਮਤਲਬ ਇਹੋ ਜਿਹੇ ਟਰੰਪ ਵਰਗੇ ਬੰਦੇ ਕਰਦੇ। ਤੁਸੀਂ ਇੱਕੋ ਇੱਕ ਮੇਰੇ ਕੋਲ ਇਸ ਗੱਲ ਦਾ ਜਵਾਬ ਦਿਓ ਕਿ ਜੇ ਇਰਾਕ ਦਾ ਜਿਹੜਾ ਪ੍ਰੈਜੀਡੈਂਟ ਆ ਉਹਨੂੰ ਫੜ ਕੇ ਫਾਂਸੀ ਲਾ ਦਿੱਤੀ ਜਾਂਦੀ ਹੈ ਕਿ ਵੈਪਨਸ ਆਫ ਮਾਸ ਡਿਸਟਰਕਸ਼ਨ ਇਹਦੇ ਕੋਲ ਹੈਗੇ ਆ, ਇੱਕ ਵੀ ਵੈਪਨ ਮਿਲਿਆ ਨਹੀਂ, ਸਾਰਾ ਦੇਸ਼ ਤੋੜ ਕੇ ਰੱਖਤਾ, ਇਹ ਮਰਸਨਰੀ ਨਹੀਂ ਹੈ ਤੇ ਕੀ ਆ? ਕੀ ਨਹੀਂ ਕਰ ਸਕਦੇ? ਸਭ ਕੁਝ ਕਰ ਸਕਦੇ ਆ। ਪਹਿਲਾਂ ਉਹਦੇ ਕੋਲ ਕੁਵੈਤ 'ਤੇ ਹਮਲਾ ਕਰਵਾਇਆ, ਫਿਰ ਉਹਦੇ 'ਤੇ ਆ ਕੇ ਆਪ ਵਿੱਚ ਉਹ ਜਿਸ ਤਰ੍ਹਾਂ ਬਿੱਲੀਆਂ ਦੀ ਲੜਾਈ 'ਚ ਬਾਂਦਰ ਆ ਕੇ ਬਹਿ ਜਾਂਦਾ, ਉਸ ਤਰੀਕੇ ਦੇ ਨਾਲ ਆ ਕੇ ਵਿੱਚ ਬੈਠਾ ਹੈ। ਫਿਰ ਉਹਨਾਂ ਦੇ ਉੱਤੇ ਜੋ ਦੇਸ਼ ਦਾ ਉਸਦਾ ਹਾਲਤ ਕੀਤਾ, ਚੰਗੇ ਭਲੇ ਚੱਲਦੇ ਹੋਏ ਦੇਸ਼ ਦਾ ਐਡਾ ਉਹਨਾਂ ਦਾ ਸ਼ਾਨਮਈ ਜਿਹੜਾ ਇਤਿਹਾਸ ਆ, ਇਹਨਾਂ ਤੋਂ ਤੁਸੀਂ ਹਰ ਚੀਜ਼ ਲਈ ਮਰਸਨਰੀ ਟਾਈਪ ਪੋਲੀਟਿਕਸ ਕਰਦੇ ਆ। ਇਹ ਹੋਰ ਦੇਸ਼ ਵੀ ਕਰਦੇ ਆ, ਇਕੱਲਾ ਇਹ ਨਹੀਂ ਕਰਦਾ, ਪਰ ਜਿੰਨਾ ਇਹ ਕਰਦੇ ਆ, ਕਿਉਂਕਿ ਸੁਪਰ ਪਾਵਰ ਆ, ਆਪਣੇ ਉਸ ਨੂੰ ਆਪਣੇ ਕਬਜ਼ੇ 'ਚ ਰੱਖਣ ਲਈ ਸਾਰੀ ਦੁਨੀਆ ਦੀ ਪੋਲੀਟਿਕਸ ਨੂੰ, ਇਹ ਤਾਂ ਸਾਰੀ ਦੁਨੀਆ ਦੀ ਪੁਲਿਸ ਬਣਿਆ ਹੋਇਆ ਅਮਰੀਕਾ। ਇਸ ਕਰਕੇ ਕਿਤੇ ਵੀ ਕੁਛ ਵੀ ਕਰ ਸਕਦਾ, ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਕੋਈ ਅੱਤ ਕਥਨੀ ਵਾਲੀ ਗੱਲ ਨਹੀਂ ਹੈ। ਇਸ ਨੂੰ ਜੇ ਇਹ ਸਮਝੋ, ਇੱਕ ਮਿੰਟ, ਇਸ ਨੂੰ ਇਹ ਸਮਝੋ ਜੇ KP ਸਿੰਘ ਕਿ ਉਹ ਹਮਲਾ ਇਸ ਕੰਮ ਲਈ ਕਿ
ਬਾਅਦ ਵਿੱਚ ਵੋਟਾਂ ਉੱਥੇ ਮੰਗੀਆਂ ਪੋਲਿਟਿਕਸ ਆ। ਔਰ ਬਿਲਕੁਲ ਡਾਕਟਰ ਕਮਲਾ ਹੈਰਿਸ ਨੇ ਟਰੰਪ ਦੀ ਔਰ ਉਹਨੂੰ ਭੱਜੇ ਨੂੰ ਸਾਹ ਨਹੀਂ ਆ ਰਿਹਾ ਵੀ ਕੀ ਕਰਾਂ। ਉਹਨੇ ਦੇਖੋ 2-in-1 ਆ, ਉਹਦਾ ਜਮੈਕਾ ਹਸਬੈਂਡ ਆ, ਜਮੈਕੇ ਦਾ ਹਸਬੈਂਡ ਆ, ਉਹ ਬਲੈਕ ਹੈਗੇ ਆ, ਔਰ ਉਹਦਾ ਜਿਹੜੀ ਮਦਰ ਆ ਇੱਥੋਂ ਉਹ ਹੈਗੀ ਆ ਤਾਮਿਲਨਾਡੂ ਦੀ, ਉਹਨੇ ਤੇ 2-in-1 ਆ। ਇਹਦੇ ਉਹਨੇ ਇੱਕ ਪਾਸੇ ਬਲੈਕ ਦਾ ਬਲੱਡ ਹੈਗਾ, ਇੱਕ ਪਾਸੇ ਇੰਡੀਅਨ ਦਾ ਬਲੱਡ ਆ, ਉਹ ਔਰ ਐਨ ਧੜੱਲੇਦਾਰ ਲੀਡਰ ਹੈਗੀ ਆ। ਇਹਨੂੰ ਸਮਝ ਨਹੀਂ ਆਉਂਦੀ ਕਿ ਮੈਂ ਉਹਦਾ ਹੁਣ ਕਰਾਂ ਕੀ, ਤੇ ਉਸ ਦਾ ਇੱਕ ਜਿਹੜਾ ਡੈਮੇਜ ਹੋ ਰਿਹਾ ਉਹਨੂੰ ਕੰਟਰੋਲ ਕਰ ਲਈ ਇਹਨੇ ਇਹ ਕਦਮ ਲਿਆ। ਤੁਸੀਂ ਤਾਂ ਸਰ ਪ੍ਰਸਮ ਜੀ ਸਿੰਘ ਡਿਬੇਟ ਹੀ ਹੋਰ ਪਾਸੇ ਕਰਤੀ ਹੈ। ਚਲੋ ਮੈਂ ਵੀ ਸਮਝਦਾ ਪਿਆ ਤੁਹਾਡੇ ਤੋਂ ਵੀ ਤੁਸੀਂ ਕੀ ਕਹਿਣਾ ਚਾਹ ਰਹੇ ਹੋ। ਪ੍ਰਸਮਜੀਤ ਸਿੰਘ ਸਰ, ਇੱਥੋਂ ਇੰਡੀਆ ਤੋਂ ਕੋਈ ਇਹੋ ਜਿਹੀ ਆਵਾਜ਼ ਉੱਠ ਸਕਦੀ ਹੈ ਕਿ ਤੁਸੀਂ ਹਿੰਦੂ ਸਿੱਖਾਂ ਨੂੰ ਉੱਥੋਂ ਕਿਉਂ ਬੁਲਾ ਰਹੇ ਹੋ, ਅਸੀਂ ਬੁਲਾ ਲੈਂਦੇ ਹਾਂ? ਨਹੀਂ ਨਹੀਂ, ਦੇਖੋ ਇਹ ਤੇ ਗੱਲ ਅਮਰੀਕਾ ਤੇ ਅਜੇ ਵੀ ਜੋ ਮਰਜ਼ੀ ਹੋਵੇ ਉਹਦੀ ਜਿਹੜੀ ਚਮਕਦਮ ਕਿਆ, ਉਹ ਤੇ ਹਰ ਕੋਈ ਚਾਹੁੰਦਾ। ਇੱਥੇ ਦੀਆਂ ਨੂੰ ਪੁੱਛ ਲਓ ਕਿਸੇ ਨੂੰ ਵੀ ਅਮਰੀਕਾ ਜਾਣਾ, ਉਹ ਕਹਿਣਗੇ ਯਾਰ ਕਦੋਂ ਭੇਜੇਗਾ, ਹੁਣੇ ਹੀ ਭੇਜ। ਇਸ ਕਰਕੇ ਜਦੋਂ ਉਹਨਾਂ ਨੂੰ ਅਮਰੀਕਾ ਦਾ ਵੀਜ਼ਾ ਮਿਲ ਰਿਹਾ ਆ ਤੇ ਉਹ ਇੰਡੀਆ ਗਏ ਇੱਥੇ ਕਰਕੇ ਭੁੱਖੇ ਮਰਨਾ ਹੁਣਾ। ਨਹੀਂ, ਇੰਡੀਆ ਦਾ ਕੋਈ ਪੋਲੀਟੀਸ਼ੀਅਨ ਸਰ ਆਵਾਜ਼ ਚੁੱਕ ਸਕਦਾ ਵੀ ਤੁਸੀਂ ਇੱਥੇ ਆਓ ਭਾਈ, ਉੱਥੇ ਕਿਉਂ ਜਾਣਾ ਤੁਸੀਂ? ਨਹੀਂ, ਹਾਲ ਦੀ ਘੜੀ ਨਹੀਂ ਕਹਿਣਗੇ, ਇਲੈਕਸ਼ਨਾਂ ਤੋਂ ਬਾਅਦ ਕਹਿਣਗੇ ਜਦੋਂ ਨਵੰਬਰ ਲੰਘ ਜਾਊ। ਡਾਟ ਗਰਗ ਸਰ, ਮੇਰਾ ਸਵਾਲ ਗਲਤ ਸੀਗਾ ਸਰ? ਨਹੀਂ ਨਹੀਂ, ਸਵਾਲ ਤੁਹਾਡਾ ਠੀਕ ਹੈ, ਪਰ ਇੰਡੀਆ ਦਾ ਜਿਹੜਾ ਪੋਲੀਟੀਸ਼ੀਅਨ ਆ ਉਹਨੂੰ ਪਤਾ ਹੈ ਵੀ ਇੰਡੀਆ ਦੇ ਤਾਂ ਇੱਥੇ ਜਿਹੜੇ ਹੈਗੇ ਨੇ ਹਿੰਦੂ ਸਿੱਖ ਉਹ ਨਹੀਂ ਉਰੇ ਰਹਿਣ ਨੂੰ ਤਿਆਰ। ਪ੍ਰੋਫੈਸਰ ਨੇ ਠੀਕ ਹੀ ਕਿਹਾ ਵੀ ਉਹ ਭੱਜਣ ਨੂੰ ਤਿਆਰ ਨੇ, ਪੰਜਾਬ 'ਚੋਂ 2.5 ਲੱਖ ਬੱਚਾ ਈਵਨ ਪੜ੍ਹਨ ਵਾਸਤੇ ਬਾਹਰ ਜਾ ਰਿਹਾ। ਅੱਜ ਜ਼ਹਿਰ ਖਾ ਕੇ ਬੰਦੇ ਨੂੰ ਮਿਲਦਾ ਹੋਵੇ ਉੱਥੇ ਅਮਰੀਕਾ ਦਾ ਵੀਜ਼ਾ ਤਾਂ ਲੈਣ ਨੂੰ ਤਿਆਰ ਹੈ। ਕੱਲ੍ਹ ਹੀ ਮੈਂ ਹਾਈਕੋਰਟ 'ਚ ਖੜਾ ਸੀ, ਅਸੀਂ ਇੱਕ ਮੁਜ਼ਾਹਰਾ ਕਰਨਾ ਸੀ, ਉੱਥੇ ਮੈਨੂੰ ਫੋਨ ਆ ਰਿਹਾ ਕਿ ਜੀ ਉਹ ਵੀਜ਼ੇ ਵਾਲਿਆਂ ਦਾ ਤਾਂ ਘੁਲਵਾ ਦਿਉ ਵੀ ਜਿਨ੍ਹਾਂ ਦਾ ਆਈਲੈਟ ਕਰੀ ਹੋਈ ਹੈ ਜਾਣ ਨੂੰ ਤਿਆਰ ਨੇ, ਉਹਨਾਂ ਦਾ ਔਖਾ ਹੋਈ ਜਾ ਰਿਹਾ। ਸੋ ਇਸ ਕਰਕੇ ਹਿੰਦੁਸਤਾਨ ਦਾ ਪੋਲੀਟੀਸ਼ੀਅਨ ਇਸ ਵੇਲੇ ਕਹਿ ਕੇ ਤੁਸੀਂ ਇੱਕ ਮੰਡੀ ਦੇ ਵਿੱਚ ਵੱਡਾ ਜਿਹੜਾ ਸਰਮਾ ਉਹ ਖੜਾ ਹੋਵੇ ਵਪਾਰੀ, ਉਹਦੇ ਸਾਹਮਣੇ ਛੋਟੇ ਜਿਹੇ ਵਪਾਰੀ ਦੀ ਕੀ ਚੱਲੂਗੀ? ਹਿੰਦੁਸਤਾਨ ਦਾ ਕਿਆ ਜ਼ਰੂਰਤ ਹੈ ਵੀ ਅਮਰੀਕਾ ਜਿੰਨੀਆਂ? ਚਲੋ ਜੇ ਡਾਟਾ ਕਰਦੇ, ਜੇ ਤੁਸੀਂ ਦੋਨੋਂ ਇਹ ਗੱਲ ਕਹਿ ਰਹੇ ਹੋ ਕਿ ਵੀ ਭਾਰਤ ਦੇ ਵਿੱਚੋਂ ਕੋਈ ਵੀ ਪੋਲੀਟੀਸ਼ੀਅਨ ਇਹ ਗੱਲ ਨਹੀਂ ਕਹਿ ਸਕਦਾ ਗਾ ਕਿ ਉੱਥੇ ਕਿਉਂ ਇੱਥੇ ਆ ਜਾਓ, ਇਹ ਕਹਿ ਸਕਦੇ ਆ ਕਿ ਅਮਰੀਕਾ ਨੇ ਜਿਹੜਾ ਇਹ ਮਤਾ ਉੱਥੇ ਪਾਇਆ ਅਮਰੀਕਾ ਦੇ ਮੈਂਬਰ ਪਾਰਲੀਮੈਂਟ ਨੇ ਉਸਦਾ ਅਸੀਂ ਵੈਲਕਮ ਕਰਦੇ ਹਾਂ, ਇਹ ਕਹਿ ਸਕਦੇ ਆ? ਨਹੀਂ ਨਹੀਂ ਨਹੀਂ, ਇਹਨਾਂ ਨੇ ਕੁਛ ਵੀ ਨਹੀਂ ਕਹਿਣਾ ਇਸ ਮਾਮਲੇ ਦੇ ਵਿੱਚ, ਕਿਉਂਕਿ ਵੈਲਕਮ ਕਰਨਾ ਜਿਹੜਾ ਵੈਲਕਮ ਕਰ ਵੀ ਦੇ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਆਫਟਰ ਉਹ ਇਹ ਤਾਂ ਕਹਿ ਸਕਦੇ ਨੇ ਵੈਲਕਮ ਕਰਕੇ ਕਿ ਜੀ ਅਸੀਂ ਦੇਖੋ ਉਹਨਾਂ ਨੇ ਪਾਇਆ ਸਾਨੂੰ ਕੀ ਇਤਰਾਜ਼ ਆ ਜੇ ਉਹਨਾਂ ਨੂੰ ਲੈਂਦੇ ਨੇ, ਇਹ ਵੈਲਕਮ ਕਰਨਾ ਤਾਂ ਇਹਨਾਂ ਦੇ ਫੇਵਰ 'ਚ ਜਾ ਸਕਦਾ ਹੈ, ਇਹੋ ਜਿਹੀ ਕੋਈ ਗੱਲ ਨਹੀਂ ਹੈ। ਕਿਉਂਕਿ ਐਂ ਜਿਹੜਾ ਵੀ ਮੁੜਕ ਇਹ ਫੈਕਟ ਹੈ, ਤੁਸੀਂ ਵੀ ਕਿਹਾ ਸੱਚ ਵੀ ਹੈ ਕਿ ਉੱਥੇ ਜਿਹੜੇ ਮਨੁੱਖੀ ਹੱਕ ਨੇ ਹਿੰਦੂਆਂ ਅਤੇ ਸਿੱਖਾਂ ਦੇ ਉਹਨਾਂ ਦਾ ਬਹੁਤ ਜ਼ਿਆਦਾ ਘਾਣ ਹੋ ਰਿਹਾ। ਤੁਸੀਂ ਦੇਖੋ 1990 ਤੋਂ ਬਾਅਦ, 92 ਤੋਂ ਬਾਅਦ ਜਦ ਬਾਬਰੀ ਮਸਜਿਦ ਢਾਈ ਹੈ, ਉਦੋਂ ਬਾਅਦ ਕਿੰਨੇ ਘਟੇ ਨੇ? ਉਦੋਂ ਬਾਅਦ 50,000 ਬੰਦਾ ਸੀ, ਉਦੋਂ ਹੁਣ 700 ਰਹਿ ਗਏ ਸਿੱਖ। ਹਾਂ, 1992 ਤੋਂ ਬਾਅਦ ਤੇਜ਼ੀ ਆਈ ਹੈ। ਹਾਂਜੀ, 1992 ਤੋਂ ਬਾਅਦ ਤੇਜ਼ੀ ਆਈ ਹੈ, ਠੀਕ ਕਹਿ ਰਹੇ ਤੁਸੀਂ। ਹਾਂ, ਸੋ ਇਸ ਕਰਕੇ ਆਪਾਂ ਨੂੰ ਇਹ ਮੰਨਣਾ ਪਊਗਾ ਵੀ ਉੱਥੇ ਹਿਊਮਨ ਰਾਈਟ ਤਾਂ ਕਰਮ ਹੋ ਰਹੇ ਨੇ, ਉਹਨਾਂ ਦੇ ਉੱਤੇ ਜੇ ਏਸਿਡਮ ਦਿੱਤਾ ਜਾ ਰਿਹਾ ਹੈ ਕਿ ਇੰਡੀਆ ਵੈਲਕਮ ਬੇਸ਼ੱਕ ਕਰਦੇ, ਇੰਡੀਆ ਇਹ ਨਹੀਂ ਕਹਿ ਸਕਦਾ ਵੀ ਉਹ ਕਿਉਂ ਦੇ ਰਹੇ। ਤੇ ਫਿਰ ਸਰ ਅਮਰੀਕਾ ਦੀ ਤਾਂ ਫਿਰ ਸਰ ਜੇ ਤੁਸੀਂ ਇਹ ਗੱਲ ਮੰਨਦੇ ਪਿਓ ਫਿਰ ਹਿੱਸਾ ਬਣ ਕੇ ਫਿਰ ਸਰ ਅਮਰੀਕਾ ਦੀ ਪੋਲਿਟਿਕਸ, ਹਾਂਜੀ ਫਿਰ ਸਰ ਅਮਰੀਕਾ ਦੀ ਤਾਰੀਫ ਕਿਉਂ ਨਹੀਂ ਕਰਦੇ ਪਏ ਜੇ ਤੁਸੀਂ ਜੇ ਉੱਥੇ ਹੈ? ਨਹੀਂ ਕਰਨਗੇ ਜੀ, ਉਂਝ ਤਾਂ ਰੋਜ਼ ਹੀ ਕਰਦੇ ਨੇ, ਉਂਝ ਤਾਂ ਰੋਜ਼ ਹੀ ਅਮਰੀਕਾ ਦੀ ਤਾਰੀਫ ਕਰਦੇ ਨੇ, ਪਰ ਹੁਣ ਉਹ ਅਮਰੀਕਾ ਦੀ ਇਸ ਤਰੀਕੇ ਨਾਲ ਅਜੇ ਟੈਂਪਰੇਰੀ ਤੌਰ ਤੇ। ਸਰ ਤੁਸੀਂ ਕਿਉਂ ਨਹੀਂ ਕਰ ਪਾ ਰਹੇ, ਤੁਸੀਂ ਕਿਉਂ ਨਹੀਂ ਕਰ ਪਾ ਰਹੇ ਡਾਟਾ ਗਰਗ, ਤੁਸੀਂ ਕਿਉਂ ਨਹੀਂ ਕਰ ਪਾ ਰਹੇ? ਹੁਣ ਮੈਂ ਕਾਹਦੀ ਤਾਰੀਫ ਕਰਨੀ ਹੈ?
ਨਹੀਂ ਅਮਰੀਕਾ ਨੇ ਜੇ ਅਮਰੀਕਾ ਜੇ ਤਾਂ ਅਮਰੀਕਾ ਨੂੰ ਹਿਊਮਨ ਰਾਈਟ ਦੀ ਗੱਲ ਹੋਵੇ, ਮੈਂ ਤਾਂ ਕਹਿੰਦਾ ਅਮਰੀਕਾ ਤਾਂ ਘਾਣ ਕਰਦਾ ਹਿਊਮਨ ਰਾਈਟ ਦਾ, ਸੀਏ ਰਾਹੀਂ ਉਹਨੂੰ ਆਪਦੇ ਬੰਦੇ ਮਰਵਾਉਣ ਚ ਕੋਈ ਇਤਰਾਜ਼ ਨਹੀਂ ਹੈ, ਬਾਹਰਲਿਆਂ ਦੀ ਤਾਂ ਗੱਲ ਹੀ ਛੱਡੋ, ਉਹਨੂੰ ਕਮਿਊਨਲਿਜ਼ਮ ਫੈਲਾਉਣ ਚ, ਉਹਨੂੰ ਟੈਰੋਰਿਜ਼ਮ ਫੈਲਾਉਣ ਚ, ਉਹਦਾ ਦੂਜਿਆਂ ਦਾ ਉਹ ਬਣਿਆ ਹੋਇਆ ਪੁਲਿਸਮੈਨ ਵੀ ਤੁਹਾਡੇ ਹਿਊਮਨ ਰਾਈਟ ਨਹੀਂ ਕਰਮ ਹੋਣੇ ਚਾਹੀਦੇ, ਉੱਥੇ ਜਾ ਕੇ ਉਹਨਾਂ ਦੇ ਘੱਟੋ ਉਸਦੇ ਹਿਊਮਨ ਰਾਈਟ। ਮੈਂ ਕੈਲੀਫੋਰਨੀਆ ਸੀ, ਮੈਂ ਤੁਹਾਨੂੰ ਹੁਣ ਦੱਸਦਾ ਫਰੈਜ਼ਨੋ ਸਿਟੀ ਦੇ ਵਿੱਚ ਜਿਹੜੇ ਕਾਲੇ ਲੋਕ ਨੇ, ਖਾਸ ਕਰਕੇ ਜਿਹੜੇ ਅਫਰੀਕਨ ਨੇ, ਬਈ ਉਹਨਾਂ ਦੇ ਉੱਥੇ ਡੈਨ ਬਣੇ ਹੋਏ ਨੇ, ਜਿਵੇਂ ਇੱਥੇ ਕਹਿੰਦੇ ਪੁਲਿਸ ਰਲ ਕੇ ਕਰਾਉਂਦੀ ਹੈ, ਉੱਥੇ ਦਿਖਾਇਆ ਮੈਨੂੰ ਵੀ ਇੱਥੇ ਜੂ ਆ, ਇੱਥੇ ਹਰ ਤਰ੍ਹਾਂ ਦੇ ਜਿਹੜੇ ਕ੍ਰਾਈਮ ਨੇ ਉੱਥੇ ਹੁੰਦੇ ਨੇ, ਪੁਲਿਸ ਵੀ ਅੱਖਾਂ ਮੀਚ ਗਏ, ਪੁਲਿਸ ਨਾਲ ਰਲੀ ਹੋਈ ਹੈ, ਔਰ ਉਹਨਾਂ ਦੀਆਂ ਬਿਲਕੁਲ ਹੀ ਕਲੋਨੀ ਕਿਸਮ ਦੀ ਵੱਖਰੀ ਬਣੀ ਪਈ ਹੈ ਸ਼ਹਿਰ ਦੇ ਵਿੱਚ। ਇਸ ਕਰਕੇ ਜਿਹੜਾ ਅਮਰੀਕਾ ਦਾ ਇਹ ਹੈ ਕਿ ਉਹ ਟੈਰਰਿਜ਼ਮ ਫੈਲਾ ਰਿਹਾ ਦੁਨੀਆਂ ਦੇ ਵਿੱਚ, ਉਹ ਟੈਰਰਿਸਟ ਖੜੇ ਕਰਦਾ ਹੈ, ਉਹ ਤਾਲਿਬਾਨ ਉਹ ਨਹੀਂ ਖੜੇ ਕਰੇ ਸੀ, ਉਹਨੇ ਸਾਰਾ ਕੁਛ ਕਰਿਆ ਸੀ, ਜਦ ਉਹਦੇ ਹੱਥ ਚੋਂ ਗੁੱਡੀ ਨਿਕਲਦੀ ਉਹ ਮਰਵਾ ਵੀ ਦਿੰਦਾ, ਇਹਦਾ ਤਾਂ ਉਹਦੀ ਤਾਂ ਆਪਦੀ ਗੇਮ ਹੈ, ਔਰ ਓਪਨਲੀ ਕਹਿ ਦਿੰਦਾ। ਇਹ ਫਰਕ ਇਹ ਹੈ ਵੀ ਹਿੰਦੁਸਤਾਨ ਇੰਟਰਨੈਸ਼ਨਲ ਲੈਵਲ ਤੇ ਓਪਨ ਨਹੀਂ ਕਹਿ ਸਕਦਾ, ਅੰਦਰਲੇ ਪਾਸੇ ਤਾਂ ਇਹ ਵੀ ਕਹਿਣ ਲੱਗੇ, ਪਰ ਉਹ ਜਿਹੜਾ ਅਮਰੀਕਾ ਉਹ ਤਾਂ ਸਿੱਧਾ ਕਹਿੰਦਾ ਵੀ ਜਿੱਥੇ ਸਾਡੇ ਹਿੱਟ ਨੇ ਅਸੀਂ ਉਹਨਾਂ ਦੀ ਰਾਖੀ ਕਰਾਂਗੇ, ਜਿਹੜਾ ਮਰਜ਼ੀ ਜੋ ਕਰਨਾ ਕਰੋ। ਠੀਕ ਹੈ, ਇੱਕ ਛੋਟਾ ਹੋਰ ਬ੍ਰੇਕ ਲੈ ਲਵਾਂ ਸਰ, ਬ੍ਰੇਕ ਤੋਂ ਵਾਪਸ ਹੁੰਦਾ। ਥੋੜ੍ਹਾ ਥੋੜ੍ਹਾ ਮੈਂ ਇਸ ਇਸ਼ੂ 'ਤੇ ਥੋੜ੍ਹਾ ਥੋੜ੍ਹਾ ਉਲਝਿਆ ਹੋਇਆ ਨਜ਼ਰ ਆ ਰਿਹਾ, ਕਿਉਂ ਉਲਝਿਆ ਹੋਇਆ ਨਜ਼ਰ ਆ ਰਿਹਾ ਤੁਹਾਨੂੰ ਵੀ ਪਤਾ, ਕੋਸ਼ਿਸ਼ ਕਰ ਰਿਹਾ ਕਿ ਮੁੱਦਾ ਸੁਲਝ ਜਾਵੇ, ਸਮਝ ਜਾਵਾਂ ਮੈਂ ਕਿ ਟਰੰਪ ਅਮਰੀਕਾ ਦੇ ਰਾਸ਼ਟਰਪਤੀ, ਉਹਨਾਂ ਨੂੰ ਇਸ ਮੁੱਦੇ ਨਾਲ ਕੀ ਮਿਲਣਾ ਕੀ ਨਹੀਂ ਮਿਲਣਾ, ਭਾਰਤ ਨੂੰ ਇਸ ਮੁੱਦੇ ਨਾਲ ਕੀ ਮਿਲਣਾ ਅਤੇ ਕੀ ਨਹੀਂ ਮਿਲਣਾ, ਅਫਗਾਨਿਸਤਾਨ ਤੋਂ ਨਿਕਲੀ ਹੋਈ ਇਹ ਸਿਆਸਤ ਦੋਨਾਂ ਮੁਲਕਾਂ ਤੋਂ ਕਿੱਥੇ ਲੈ ਕੇ ਜਾਵੇਗੀ, ਦੋਨਾਂ ਮੁਲਕਾਂ ਦੇ ਕਿਹੜੇ ਮੁੱਦਿਆਂ ਨੂੰ ਹਵਾ ਦੇਵੇਗੀ, ਅਸੀਂ ਇਹ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ, ਗਿਣਤੀ ਮਿਣਤੀ ਕਿਹੜੀ ਹੈ ਅਸੀਂ ਉਸ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ, ਵਾਪਸ ਆ ਕੇ ਆਖਰੀ ਹਿੱਸੇ ਵਿੱਚ ਹੋਵਾਂਗੇ। ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ। ਅਫਗਾਨੀ ਹਿੰਦੂ ਸਿੱਖਾਂ ਅਤੇ ਅਮਰੀਕਾ ਕਿਉਂ, ਸਵਾਲ ਕਿਉਂ ਪੁੱਛ ਰਹੇ ਸੀ, ਵੱਡਾ ਸਵਾਲ ਇਹ ਪੁੱਛ ਰਿਹਾ, ਅਫਗਾਨਿਸਤਾਨ ਦੇ ਹਿੰਦੂ ਸਿੱਖਾਂ ਅਤੇ ਭਾਰਤ ਤੋਂ ਅਮਰੀਕਾ ਤੱਕ ਪਨਾਹ ਵਾਲੀ ਪੋਲਿਟਿਕਸ ਕਿਉਂ। ਪ੍ਰੋਫੈਸਰ ਮਨਜੀਤ ਸਿੰਘ, ਮੈਂ ਪਹਿਲਾਂ ਵੀ ਇਹ ਪੁੱਛ ਚੁੱਕਿਆ ਅਤੇ ਹੁਣ ਵੀ ਦੁਬਾਰਾ ਮੈਂ ਕਹਿ ਰਿਹਾ, ਮੈਨੂੰ ਨਹੀਂ ਲੱਗਦਾ ਕਿ ਇਹ ਜਿਹੜਾ ਇਸ਼ੂ ਹੈ ਉਹ ਕਿਸੇ ਟੀ ਵੀ ਡਿਬੇਟ ਦਾ ਹਿੱਸਾ ਬਣਦਾ ਹੋਇਆ ਮੈਨੂੰ ਨਜ਼ਰ ਆਊਗਾ, ਪਰ ਸਵਾਲ ਇਹ ਪ੍ਰੋਫੈਸਰ ਮਨਜੀਤ ਸਿੰਘ, ਹਿੰਦੂਆਂ 'ਤੇ ਉੱਥੇ ਦਹਿਸ਼ਤਗਰਦੀ ਹਮਲੇ ਹੁੰਦੇ ਅਫਗਾਨਿਸਤਾਨ ਦੇ ਵਿੱਚ, ਕਾਬਲ ਦੇ ਗੁਰਦੁਆਰੇ 'ਤੇ ਹਮਲਾ ਕੀਤਾ ਜਾਂਦਾ, ਇਹ ਸਭ ਕੁਝ ਸਾਡੇ ਸਾਹਮਣੇ, ਇਸ ਤੋਂ ਇਲਾਵਾ ਹੋਰ ਬੜੀਆਂ ਇਹੋ ਜਿਹੀਆਂ ਘਟਨਾਵਾਂ 1992 ਤੋਂ ਬਾਅਦ ਜਿਵੇਂ ਡਾਟ ਗਰਗ ਕਹਿ ਰਹੇ ਸੀਗੇ ਗਣਾਈਆਂ ਜਾ ਸਕਦੀਆਂ। ਪ੍ਰੋਫੈਸਰ ਮਨਜੀਤ ਸਿੰਘ, ਮੈਂ ਆਪਣੇ ਦਰਸ਼ਕਾਂ ਨੂੰ ਇਸ ਡਿਬੇਟ ਤੋਂ ਬਾਅਦ ਕੀ ਦੱਸ ਸਕੂੰਗਾ ਕਿ ਮੈਂ ਕੀ ਡਿਬੇਟ ਕੀਤੀ ਸੀ? ਪ੍ਰੋਫੈਸਰ ਮਨਜੀਤ ਸਿੰਘ, ਮੈਂ ਅੱਜ ਥੋੜ੍ਹਾ ਜਿਹਾ ਕਨਫਿਊਜ਼ ਹਾਂ ਸਰ। ਨਹੀਂ, ਕੋਈ ਕਨਫਿਊਜ਼ਨ ਵਾਲੀ ਗੱਲ ਨਹੀਂ ਹੈ। ਤੁਸੀਂ ਇਸ ਨੂੰ ਇਮੇਜਿਨ ਇੰਜ ਕਰਕੇ ਦੇਖੋ ਕਿ ਜੇ ਕਮਲਾ ਹੈਰਿਸ ਉੱਥੇ ਨਾ ਖੜੀ ਹੁੰਦੀ, ਵਾਈਸ ਪ੍ਰੈਜ਼ੀਡੈਂਟ ਜਿਹੜੀ ਹੈ, ਤਾਂ ਐਜ਼ ਏ ਕੈਂਡੀਡੇਟ, ਤਾਂ ਤੁਹਾਡਾ ਕੀ ਖਿਆਲ ਹੈ ਕਿ ਇਹਨੂੰ ਹਿਊਮਨ ਰਾਈਟਸ ਚੇਤੇ ਆਉਣੇ ਸੀਗੇ? ਸਾਰੀ ਦੁਨੀਆ ਦੇ ਹਿਊਮਨ ਰਾਈਟਸ ਦਾ ਹਨਨ ਕਰਨ ਵਾਲਾ ਇਹ ਆ, ਸਾਰੀ ਜਗ੍ਹਾ ਜਾ ਕੇ ਪੰਗੇ ਲੈਂਦਾ ਹੈ। ਜਾ ਕੇ ਉਹ ਵੀਤਨਾਮ ਦਾ ਹਾਲਤ ਪੁੱਛੋ, ਉਹਨਾਂ ਨੇ ਨਪਾਮ ਬੰਬ ਕਾਰਪੇਟ ਬੰਬਿੰਗ ਕਰਤਾ ਸੀ ਜਾ ਜਾ ਕੇ, ਇਹਨੂੰ ਹਿਊਮਨ ਰਾਈਟਸ ਯਾਦ ਆ ਗਏ ਆ। ਇਹ ਸਾਰੀ ਦੀ ਸਾਰੀ ਵੋਟਾਂ ਦੀ ਰਾਜਨੀਤੀ ਹੈ, ਉਹਨੇ ਇਹਦੇ ਛੱਕੇ ਛੜਾਏ ਆ। ਜਦੋਂ ਉਹ ਜਿੱਦਣ ਦੀ ਉਹ ਸਾਹਮਣੇ ਮੈਦਾਨ 'ਚ ਨਿੱਤਰ ਆਈ ਆ, ਇਹਨੂੰ ਸਮਝ ਨਹੀਂ ਆਉਂਦਾ ਕਿ ਹੁਣ ਮੈਂ ਕੀ ਕਰਾਂ। ਇਹ ਜਾ ਕੇ ਹੋ ਸਕਦਾ ਅੰਦਰੋਂ ਅੰਦਰੀ ਇੱਥੇ ਸਾਡੇ ਮੋਦੀ ਜੀ ਨੇ ਵੀ ਕੋਈ ਸੁਨੇਹਾ ਭੇਜਿਆ ਹੋਵੇ ਰਾਤ ਨੂੰ ਕੋਈ ਫੋਨ ਫਾਨ ਵਟਸਐਪ ਤੇ ਕਰਕੇ, ਤਾਂ ਕਿ ਰਾਹ 'ਚ ਟੇਪ ਨਾ ਹੋ ਜਾਏ, ਕਿ ਦੇਖੋ ਵੀ ਗੱਲ ਸੁਣੋ, ਆਇਆ ਆਹ ਕੰਮ ਖੇਡ ਦਿਓ, 700 ਬੰਦੇ ਆ, ਬਾਅਦ 'ਚ ਭੇਜ ਦਿਓ। ਜੇ ਏਡਾ ਹੀ ਇਹਨੂੰ ਹਿਊਮਨ ਰਾਈਟਸ ਦੀ ਬਹੁਤੀ ਲਲਕ ਲੱਗੀ ਹੋਈ ਆ ਟਰੰਪ ਨੂੰ, ਤੇ ਸਾਡੇ ਮੁੰਡਿਆਂ ਨੂੰ ਕਿਉਂ ਵਾਪਸ ਭੇਜ ਰਿਹਾ? ਜਹਾਜ਼ ਭਰ ਭਰ ਕੇ ਆਇਡੈਂਟੀਫਾਈ ਕੀਤਾ, ਕਿਸੇ ਪ੍ਰੈਜ਼ੀਡੈਂਟ ਨੇ ਨਹੀਂ ਅੱਜ ਤੱਕ ਕੀਤਾ। ਸਾਰਿਆਂ ਨੂੰ 5-7 ਸਾਲਾਂ ਬਾਅਦ ਉੱਥੇ ਰੈਗੂਲਰਾਈਜ਼ ਕੀਤਾ, ਸਾਰਿਆਂ ਨੂੰ ਸਿਟੀਜ਼ਨਸ਼ਿਪ ਦਿੱਤੀ ਹੈ। ਇਹ ਕੱਲਾ ਇੱਕ ਇਹੋ ਜਿਹਾ ਬੰਦਾ ਇਹਨਾਂ ਨੂੰ ਕੱਢ ਰਿਹਾ, ਹੁਣ ਇਹਨੂੰ ਹਿਊਮਨ ਰਾਈਟ ਚੇਤੇ ਆ ਰਿਹਾ, ਹੁਣ ਇਹਨੂੰ ਇੰਡੀਆ ਚੇਤੇ ਆ ਰਿਹਾ, ਹੁਣ ਇਹਨੂੰ ਪੰਜਾਬ ਚੇਤੇ ਆ ਰਿਹਾ। ਸਭ ਤੇ ਸਭ ਡਰਾਮਾ ਜੋ ਇੱਥੇ ਡਰਾਮੇ ਹੁੰਦੇ ਆ। ਮੈਂ ਇੱਕ ਗੱਲ ਲਾਸਟ ਜ਼ਰੂਰ ਕਹਿਣੀ ਚਾਹੁੰਦਾ, ਟਰੰਪ ਸਾਹਿਬ ਨੇ ਆਪਣੀ ਰਾਜਨੀਤੀ ਅਸੀਂ ਹਿੰਦੁਸਤਾਨ 'ਚ ਕਿਹੋ ਜਿਹੀ ਕਰਦੇ ਹਾਂ ਬਰਾਦਰੀਆਂ ਦੀ,
ਨਾ ਇਹਨੇ ਮੋਦੀ ਸਾਹਿਬ ਨੇ ਹਿੰਦੁਸਤਾਨ 'ਚ ਅਸੀਂ ਕਿਹੋ ਜਿਹੀ ਰਾਜਨੀਤੀ ਕਰਦੇ ਹਾਂ ਉਹਦਾ ਪੱਕਾ ਪਾਠ ਕਈ ਮੀਟਿੰਗਾਂ ਕਰ ਕਰਕੇ ਟਰੰਪ ਨੂੰ ਪੜ੍ਹਾ ਦਿੱਤਾ ਵੀ ਆਹ ਕੰਮ ਜ਼ਿਆਦਾ ਕਰ, ਲੋਕਾਂ ਨੂੰ ਪਾੜ, ਲੋਕਾਂ ਨੂੰ ਧਰਮ ਦੇ ਨਾਂ ਤੇ ਰੇਸ ਦੇ ਨਾਂ ਤੇ ਦੇਸ਼ਾਂ ਦੇ ਨਾਂ ਤੇ ਤਾਂ ਤੈਨੂੰ ਵੋਟਾਂ ਮਿਲਣੀਆਂ। ਲੈ ਇਹ ਸਭ ਕੋ ਵੀ ਪੜ ਗਿਆ, ਇਹ ਨਹੀਂ ਕੁਝ ਉੱਥੋਂ ਸਿੱਖੇ ਕਿ ਉੱਥੋਂ ਦੀ ਡੈਮੋਕ੍ਰੇਸੀ ਕਿਵੇਂ ਸੈਕੂਲਰ ਜਾਂ ਉਸ ਕਿਸਮ ਦੀ ਸੀਗੀ ਜਾਂ ਜਿਹੜੀ ਲੋਕ ਜਿਹੜੀ ਆ ਮੈਰਿਟ ਤੇ ਵੋਟ ਪਾਉਂਦੇ ਸੀ, ਉਲਟਾ ਉਹਨਾਂ ਨੂੰ ਆਹ ਕੰਮ ਸਿਖਾ ਦਿੱਤਾ ਜੋ ਅਸੀਂ ਇੱਥੇ ਕਰਦੇ ਹਾਂ, ਉਹੋ ਹੀ ਉਹ ਹੁਣ ਟਰੰਪ ਨੂੰ ਵੀ ਕਰਨ ਉਸੇ ਰਾਹ ਪਾ ਦਿੱਤਾ। ਤੁਸੀਂ ਇਸੇ ਗੱਲ ਤੇ ਸਟੈਂਡ ਕਰਦੇ ਪਏ ਹੋ ਕਿ ਇਸ ਮਤੇ ਦੇ ਪਿੱਛੇ ਟਰੰਪ ਸਾਹਿਬ ਖੁਦ ਨੇ? ਮੈਂ ਇਸ ਗੱਲ ਦਾ ਬਿਲਕੁਲ ਲਿਆ ਕਿ ਜੇ ਉਹ ਹੋਰ ਕੋਈ ਸਵਾਲ ਹੋ ਹੀ ਨਹੀਂ ਸਕਦਾ, ਕਿਉਂਕਿ ਕਿਉਂਕਿ ਸਰਕਾਰ ਵੱਲੋਂ ਜਾ ਰਿਹਾ, ਕਿਉਂਕਿ ਇਸ ਗੱਲ ਦਾ ਸਰਕਾਰ ਵੱਲੋਂ ਜਾ ਰਿਹਾ ਨਾ। ਜੇ ਸਰਕਾਰ ਉਹਦੇ ਬਗੈਰ ਤੇ ਸਰਕਾਰ ਕਿਹਦੀ ਹੈ ਇਸ ਵੇਲੇ? ਪ੍ਰੈਜੀਡੈਂਟ ਕੌਣ ਹੈ? ਪ੍ਰੈਜੀਡੈਂਟ ਦੀਆਂ ਸਾਰੀਆਂ ਪਾਵਰਸ ਹੁੰਦੀਆਂ ਆ, ਉੱਥੇ ਸਾਡੇ ਵਾਂਗੂ ਨਹੀਂ ਹੈ ਕਿ ਪਾਰਲੀਮੈਂਟ ਨੇ ਪਾਸ ਕਰਨਾ, ਪ੍ਰੈਜੀਡੈਂਟ ਕੁਝ ਵੀ ਆਰਡਰ ਵੀ ਕਰ ਸਕਦਾ। ਇਸ ਕਰਕੇ ਇਹਨਾਂ ਹਾਲਾਤਾਂ 'ਚ ਬਿਨਾਂ ਪ੍ਰੈਜੀਡੈਂਸ਼ੀਅਲ ਕੰਸੈਂਟ ਤੋਂ ਇਹੋ ਜਿਹਾ ਮਤਾ ਕੋਈ ਪਾਸ ਨਹੀਂ ਹੋ ਸਕਦਾ, ਕਿਉਂਕਿ ਉਹਨਾਂ ਦੀ ਜਨਰਲ ਨੀਤੀ ਇਹ ਆ ਜਿਹੜਾ ਦੇਖੋ ਤੁਸੀਂ ਗੱਲ ਤੇ ਸਮਝੋ, ਤੁਸੀਂ ਐਡੀ ਵੱਡੀ ਜਿਹੜੀ ਆ ਮੈਕਸੀਕੋ ਦੇ ਵਿਰੁੱਧ ਨੇ ਵਾਲ ਕੱਢੀ ਆ ਔਰ ਆਪਣਾ ਆਰਡਰ ਕਰਕੇ ਕੀਤੀ ਆ, ਜਦੋਂ ਉਹਨੂੰ ਸੈਨੇਟ ਦੇ ਵਿੱਚ ਨਹੀਂ ਵੀ ਵੋਟਾਂ ਮਿਲੀਆਂ ਤਾਂ ਵੀ ਧੱਕੇ ਨਾਲ ਪੈਸੇ ਲਾ ਕੇ ਉੱਥੇ ਉਹਨੇ ਵਾਲ ਜਿਹੜੀ ਆ ਬਣਾਈ ਆ, ਜਿਹੜਾ ਕਿਸੇ ਆਪਣੇ ਦੇਸ਼ ਦੇ ਅੰਦਰ ਕਿਸੇ ਨੂੰ ਵੜਨ ਨਹੀਂ ਦੇਣਾ ਚਾਹੁੰਦਾ, ਹੁਣ ਉਹਨੂੰ ਹਿਊਮਨ ਰਾਈਟ ਚੇਤੇ ਆ ਗਏ। ਠੀਕ ਠੀਕ ਹੈ ਡਾਕਟਰ ਗਰਗ ਸਰ, ਤੁਸੀਂ ਵੀ ਪ੍ਰੋਫੈਸਰ ਮਨਜੀਤ ਸਿੰਘ ਦੀ ਇਸ ਗੱਲ ਨਾਲ ਸਟੈਂਡ ਕਰਦੇ ਹੋ ਕਿ ਟਰੰਪ ਸਾਹਿਬ ਹੈ ਇਸ ਮਤੇ ਦੇ ਪਿੱਛੇ? ਨਹੀਂ ਨਹੀਂ ਦੇਖੋ, ਟਰੰਪ ਦੀ ਤਾਂ ਇਹਦੇ ਪਿੱਛੇ ਚਾਲ ਹੈਗੀ ਹੈਗੀ ਹੈ। ਮੈਂ ਤਾਂ ਪਹਿਲਾਂ ਕਿਹਾ ਵੀ ਕਿਉਂਕਿ ਆਰਐਸਐਸ ਦੀ ਇਹ ਲੋੜ ਹੈ ਕਿ ਵੀ ਉਹ ਦੱਸਣ ਕਿ ਦੇਖੋ ਜੀ ਹਿੰਦੂ ਸਿੱਖਾਂ ਨੂੰ ਉਹਨਾਂ ਨੂੰ ਬਾਕੀ ਕਾਲਿਆਂ ਨਾਲ ਤਾਂ ਕੋਈ ਸੰਬੰਧ ਨਹੀਂ ਹੈ। ਦੂਜੀ ਗੱਲ ਐਂਟੀ ਮੁਸਲਿਮ ਪ੍ਰੋਪੇਗੰਡਾ ਕਰਨਾ ਆਪਦੀ ਜਿਹੜੀ ਉੱਥੇ ਕਮਿਊਨਿਟੀ ਹੈ ਤਾਂ ਕਿ ਉਹ ਟਰੰਪ ਨੂੰ ਵੋਟ ਪਾਵੇ। ਹਿੰਦੁਸਤਾਨ ਦਾ ਵੀ ਇਹੀ ਹੈ ਕਿ ਐਂਟੀ ਮੁਸਲਿਮ ਕਰਨਾ, ਟਰੰਪ ਸਾਹਿਬ ਨੇ ਤਾਂ ਐਂਟੀ ਮੁਸਲਿਮ ਕੋਈ ਹਿਸਾਬ ਹੀ ਨਹੀਂ ਛੱਡਿਆ ਹੋਇਆ, ਉਹ ਤਾਂ 9/11 ਜੇ ਉਹ ਹਰ ਚੀਜ਼ ਦੇ ਉੱਤੇ ਇਹਨਾਂ ਨੂੰ ਟੈਰੋਰਿਸਟ ਗਿਰਦਾਨ ਕਰਕੇ ਤੇ ਓਬਾਮਾ ਵਾਲੀ ਗੱਲ ਜੇ ਆਪਾਂ ਦੇਖੀਏ ਉਹ ਸਾਰਾ ਕੁਛ ਕਰਦੇ ਨੇ। ਸੋ ਇਹਦਾ ਇੱਕ ਦੋ ਤਿੰਨ ਜਿਹੜੇ ਮੈਂ ਇੰਪੈਕਟ ਜਿਹੜੇ ਦੇਖਦਾ ਆਪਾਂ ਨੂੰ ਜਿਹੜੇ ਤੁਸੀਂ ਕਹਿੰਦੇ ਮੈਂ ਕਨਫਿਊਜ਼ਡ ਹਾਂ ਕੀ ਕਰਾਂ, ਮੈਨੂੰ ਲੱਗਦਾ ਕੋਈ ਕਨਫਿਊਜ਼ਨ ਨਹੀਂ। ਇੱਕ ਇੰਪੈਕਟ ਇਹ ਹੈ ਕਿ ਇਹ ਮੁਸਲਿਮ ਵਰਲਡ ਨੂੰ ਕੰਸੋਲੀਡੇਟ ਕਰਨਗੇ, ਮੁਸਲਿਮ ਵਰਲਡ ਅਲਟੀਮੇਟਲੀ ਰਿਟੈਲੀਏਟ ਕਰੂਗੀ। ਮੋਦੀ ਸਾਹਿਬ ਨੇ ਤਾਂ ਦੇਖ ਲਿਆ ਉਹਦਾ ਤਜਰਬਾ ਕਰੋਨਾ 'ਚ ਕਰਕੇ, ਮੋਦੀ ਸਾਹਿਬ ਦੇ ਚਮਕਿਆਂ ਨੇ ਉੱਥੇ ਜਦ ਬੋਲਣ ਲੱਗੇ ਥੋੜ੍ਹਾ ਜਿਹਾ, ਉਹਨਾਂ ਨੇ ਆਖਿਆ ਤੁਹਾਨੂੰ ਪਤਾ ਜਿਹੜੀ ਸਰਕਾਰ ਨੂੰ ਤੁਸੀਂ ਗਾਲਾਂ ਕੱਢਦੇ ਹੋ ਉਸੇ ਸਰਕਾਰ 'ਚ ਤੁਸੀਂ ਖਾ ਰਹੇ ਹੋ, ਉਹਦੀ ਹਾਲੇ ਕੱਢਣ ਲੱਗ ਗਏ, ਉਹਦੀ ਆਪਦੇ ਟਵੀਟ ਹੀ ਬੰਦ ਕਰ ਗਏ। ਇਹ ਜਿਹੜੇ ਵੱਡੇ ਬਹਾਦਰ ਨੇ ਇਹੋ ਜਿਹਾ ਹਾਲ ਹੈ ਇਹਨਾਂ ਦਾ, ਉੱਥੋਂ ਬੰਦੇ ਵਾਪਸ ਆਉਣੇ ਸ਼ੁਰੂ ਹੋ ਗਏ। ਹਿੰਦੁਸਤਾਨੀ ਕੋਲ, ਭਾਰਤ ਕੋਲ ਆਪਦੇ ਬੰਦੇ ਨੂੰ ਨੌਕਰੀ ਦੇਣ ਨੂੰ ਹੈ ਨਹੀਂ, ਜਿਹੜੇ ਬਾਹਰ ਇੰਨੇ ਸੈਟਲਡ ਸੀਗੇ ਉਹ ਸਾਰੇ ਇਹਨਾਂ ਦੇ ਵਪਾਰ ਦਾ ਝਗੜਾ ਪੈਣ ਲੱਗ ਗਿਆ, ਉਧਰ ਚੀਨ ਨਾਲ ਇਹਨਾਂ ਦਾ ਪੰਗਾ ਪਈ ਜਾਂਦਾ। ਸੋ ਮੋਦੀ ਸਾਹਿਬ ਨੇ ਤਾਂ ਇਹਦਾ ਸਾਰਾ ਕੁਛ ਕਰ ਲਿਆ, ਪਰ ਮੋਦੀ ਸਾਹਿਬ ਇੱਕ ਗੱਲ 'ਚ ਤਕੜੇ ਰਹਿ ਗਏ, ਤਕੜੇ ਕਹਿ ਲਓ ਹਿੰਦੁਸਤਾਨ ਦੀ ਬਦਕਿਸਮਤੀ ਕਹਿ ਲਓ, ਹਿੰਦੁਸਤਾਨ ਦੀ ਡੈਮੋਕ੍ਰੇਸੀ ਦੀ ਕਮਜ਼ੋਰੀ ਕਹਿ ਲਓ ਜਾਂ ਹਿੰਦੁਸਤਾਨ ਦੀਆਂ ਪਹਿਲੀਆਂ ਸਰਕਾਰਾਂ ਦੀ ਕਮਜ਼ੋਰੀ ਕਹਿ ਲਓ ਕਿ ਇਹਨੇ ਹਿੰਦੁਸਤਾਨ ਦੀਆਂ ਸੰਸਥਾਵਾਂ ਤੋੜਤੀਆਂ, ਬਿਲਕੁਲ ਨਿਰਾਸਤ ਕਰਤੀਆਂ, ਆਪਦੇ ਥੱਲੇ ਲਾ ਲਈਆਂ। ਅਮਰੀਕਾ ਦੇ ਵਿੱਚ ਅਜੇ ਅਮਰੀਕਾ ਠੀਕ ਹੈ, ਪ੍ਰੋਫੈਸਰ ਸਾਹਿਬ ਦੀ ਗੱਲ ਵੀ ਉਹਨੇ ਉਹ ਫਾਰਮੂਲਾ ਤਾਂ ਪਾ ਤਾ ਉੱਥੇ ਵੀ ਰੇਸ਼ੀਅਲ ਤੁਸੀਂ ਕਰੋ ਜਿਹੜਾ ਨਹੀਂ ਸੀ, ਪਰ ਅਜੇ ਉਹਨਾਂ ਦੀਆਂ ਸੰਸਥਾਵਾਂ ਨਹੀਂ ਤੋੜ ਸਕਿਆ। ਉੱਥੋਂ ਦਾ ਤਾਂ ਪੁਲਿਸ ਅਫਸਰ ਕਹਿ ਦਿੰਦਾ ਵੀ ਅਸੀਂ ਟਰੰਪ ਦੇ ਥੋੜ੍ਹਾ ਨੌਕਰ ਹਾਂ, ਅਸੀਂ ਟਰੰਪ ਦੇ ਕਹੇ ਤੋਂ ਥੋੜ੍ਹਾ ਕੰਮ ਕਰਨਾ ਵੀ ਅਸੀਂ ਬੰਦੇ ਮਾਰ ਦਈਏ। ਇੱਕ ਕਾਲੇ ਬੰਦੇ ਦੇ ਮਰਨ ਦੇ ਉੱਤੇ, ਮਾਰੇ ਜਾਣ ਦੇ ਉੱਤੇ ਕਿੰਨੇ ਮੁਜ਼ਾਹਰੇ ਹੋਏ ਸੀ। ਸੋ ਅਜੇ ਉਹਨਾਂ ਦੀ ਡੈਮੋਕ੍ਰੇਸੀ ਸਾਡੇ ਨਾਲ ਇੰਸਟੀਟਿਊਸ਼ਨਾਂ ਤਕੜੀਆਂ ਨੇ, ਇਸ ਕਰਕੇ ਮੈਨੂੰ ਇਹ ਲੱਗਦਾ ਵੀ ਟਰੰਪ ਜੋ ਮਰਜ਼ੀ ਕਹੀ ਜਾਵੇ ਅਜੇ ਉਹਨਾਂ ਦੀ ਡੈਮੋਕ੍ਰੇਸੀ ਨਹੀਂ ਟੁੱਟਦੀ, ਸਾਡੇ ਤਾਂ ਉਹਨੇ ਤੋੜਤੀ।
ਸਾਡੇ ਤਾਂ ਨਾਮ ਦੀਆਂ ਸੰਸਥਾਵਾਂ ਰਹਿ ਗਈਆਂ, ਅਸੀਂ ਰੋਜ਼ ਜਿਹੜੇ ਫੈਸਲੇ ਦੇਖਦੇ ਹਾਂ ਜੋ ਸਾਡੇ ਸਾਹਮਣੇ ਆ ਰਹੇ ਨੇ ਉਹ 'ਚੋਂ ਸਿੱਧਾ ਹੀ ਹੋ ਰਿਹਾ ਵੀ ਜੋ ਮੋਦੀ ਸਾਹਿਬ ਚਾਹੁੰਦੇ ਨੇ, ਚਾਹੇ ਸਕੂਲਾਂ ਦੀ ਫੀਸ ਦੇ, ਚਾਹੇ ਇਮਤਿਹਾਨ ਦੇਣ ਦੇ ਮਾਮਲੇ 'ਤੇ, ਚਾਹੇ ਤੁਸੀਂ ਕਿਸੇ ਦੇ PM ਕੇਅਰ ਫੰਡ ਦੇ ਉੱਤੇ ਲੜੋ, ਚਾਹੇ ਤੁਸੀਂ ਮਜ਼ਦੂਰਾਂ ਦੇ ਮਾਰੇ ਜਾਣ 'ਤੇ ਲੜੋ, ਚਾਹੇ ਮਜ਼ਦੂਰਾਂ ਦਾ ਕੇਅਰ ਕਰਨ 'ਤੇ ਲੜੋ, ਚਾਹੇ ਕੋਵਿਡ ਨੂੰ ਠੀਕ ਹੈਂਡਲ ਕਰਿਆ ਜਾਂ ਨਹੀਂ ਕਰਿਆ ਉਹ 'ਤੇ ਲੜੋ, ਹਰੇਕ ਗੱਲ ਦੇ ਉੱਤੇ ਫੈਸਲਾ ਉਹੀ ਆ ਰਿਹਾ ਜੋ ਮੋਦੀ ਸਾਹਿਬ ਕਹਿ ਰਹੇ। ਚਲੋ ਲਾਸਟ ਕਮੈਂਟ ਐਡ ਕਰੋ ਤੁਹਾਡਾ ਚਾਹੀਦਾ, ਜਿਹੜੀ ਗੱਲ ਇਹਨਾਂ ਨੇ ਕਮਲਾ ਹੈਰਿਸ ਦਾ ਜ਼ਿਕਰ ਕੀਤਾ ਪ੍ਰੋਫੈਸਰ ਮਨਜੀਤ ਸਿੰਘ ਨੇ, ਜੇ ਕਹਿ ਰਹੇ ਇੰਡੀਅਨ ਪੋਲਿਟਿਕਸ ਨੂੰ ਬੈਕ ਕਰਦੀ ਪਈ ਹੈ, ਸਰ ਇੰਡੀਅਨ ਪੋਲਿਟਿਕਸ ਕਮਲਾ ਹੈਰਿਸ ਨੂੰ ਬੈਕ ਕਿਉਂ ਨਹੀਂ ਕਰ ਪਾ ਰਹੀ? ਨਹੀਂ 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 ਦੇਖੋ ਇਹ ਉਹ ਇਹ ਕਿ ਇੰਡੀਅਨ ਪੋਲੀਟਿਕਸ ਇੱਕ ਵਿਅਕਤੀ ਨੂੰ ਨਹੀਂ, ਪਹਿਲੀ ਗੱਲ ਇੰਡੀਅਨ ਪੋਲੀਟਿਕਸ ਆ ਜਿਹੜੀ ਉਹ ਟਰੰਪ ਨੂੰ ਬੈਕ ਕਰ ਰਹੀ ਆ, ਪਹਿਲਾਂ ਇਹ ਮੰਨ ਕੇ ਚੱਲੀਏ। ਔਰ ਉਹਦੇ 'ਚ ਜਿਹੜੀ ਇੰਡੀਅਨ ਪੋਲੀਟਿਕਸ ਦੀ ਈਵਨ ਆਪੋਜੀਸ਼ਨ ਪਾਰਟੀਆਂ ਨੇ ਉਹ ਵੀ ਉਹੀ ਤਿਲਕਧਾਰੀ ਨੇ, ਉਹ ਵੀ ਉਹ ਤਿਲਕ ਕੋਈ ਛੋਟਾ ਲਾਉਂਦਾ ਕੋਈ ਵੱਡਾ ਲਾਉਂਦਾ, ਕੋਈ ਕਹਿੰਦਾ ਮੈਂ ਹਨੂੰਮਾਨ ਚਾਲੀਸਾ ਪੜ੍ਹਦਾ ਜੇ ਤੁਸੀਂ ਕੁਛ ਹੋਰ ਪੜ੍ਹਦੇ ਹੋ, ਕੋਈ ਕਹਿੰਦਾ ਵੀ ਇਹ ਤੋਂ ਬੜਾ ਹਰੇਕ ਵਧਾਈ ਦਿੰਦਾ। ਸੋ ਹਿੰਦੁਸਤਾਨ ਦੀ ਪੋਲੀਟਿਕਸ ਦੇ ਵਿੱਚ ਬਹੁਤੀਆਂ ਪਾਰਟੀਆਂ ਜਿਹੜੀਆਂ ਨੇ ਉਹ ਹਿੰਦੂ ਕਮਨਲ ਬਣਾਤੀਆਂ ਇਹਨਾਂ ਨੇ, ਸੋ ਇਸ ਕਰਕੇ ਇਹਨਾਂ ਦੀ ਇਹ ਨਹੀਂ ਹੋ ਸਕਦੀ ਵੀ ਇਹ ਉਹ ਕਮਲਾ ਦੀ ਸਪੋਰਟ ਕਰਨ, ਇਹ ਪੋਸੀਬਲ ਨਹੀਂ ਹੈ ਕਿਉਂਕਿ ਉਹ ਹੋਰ ਐਂਗਲ ਤੋਂ ਚੱਲ ਰਹੀ ਹੈ, ਉਹ ਕਾਲਿਆਂ ਦੀ ਸਪੋਰਟ ਕਰ ਰਹੀ ਹੈ। ਕੁੱਲ ਮਿਲਾ ਕੇ ਤੁਹਾਨੂੰ ਇਹ ਸਾਰਾ ਵੋਟਾਂ ਦਾ ਮਾਮਲਾ ਲੱਗਦਾ, ਤਾਲਿਬਾਨ ਦੇ ਖਿਲਾਫ ਕੋਈ ਰਣਨੀਤੀ ਨਹੀਂ ਲੱਗਦੀ? ਨਵੰਬਰ ਦੇ ਚੋਣ ਹੋਣੀ ਹੈ ਨਵੰਬਰ ਦੇ। ਚਲੋ ਪ੍ਰੋਫੈਸਰ ਮਨਜੀਤ ਸਿੰਘ, ਕੁੱਲ ਮਿਲਾ ਕੇ ਤੁਹਾਨੂੰ ਵੀ ਸਾਰਾ ਵੋਟਾਂ ਦਾ ਮਾਮਲਾ ਲੱਗਦਾ? ਬਿਲਕੁਲ, ਹੋਰ ਕੋਈ ਹੈ ਨਹੀਂ। ਚਲੋ ਬਹੁਤ ਬਹੁਤ ਧੰਨਵਾਦ ਸਰ, ਬਹੁਤ ਧੰਨਵਾਦ ਪ੍ਰੋਫੈਸਰ ਮਨਜੀਤ ਸਿੰਘ, ਤੁਹਾਡਾ ਡਾਟਾ ਗਰਗ, ਤੁਹਾਡਾ ਵੀ ਬਹੁਤ ਧੰਨਵਾਦ। ਮੈਂ ਇਹ ਵਾਰ ਵਾਰ ਕਹਿ ਰਿਹਾ ਸੀਗਾ ਮੈਨੂੰ ਕਨਫਿਊਜ਼ਨ ਹੈ ਅਤੇ ਮੈਂ ਨਹੀਂ ਚਾਹੁੰਦਾ ਤੁਸੀਂ ਕਨਫਿਊਜ਼ਨ ਵਿੱਚ ਰਹੋ, ਇਸ ਕਰਕੇ ਮੈਂ ਸਵਾਲ ਵਾਰ ਵਾਰ ਕਰਦਾ ਤੁਹਾਡੇ ਦਿਲ ਤੁਹਾਡੇ ਲਈ ਵੀ ਕਨਫਿਊਜ਼ਨ ਦੂਰ ਹੋਣੀ ਚਾਹੀਦੀ ਹੈ। ਕਨਫਿਊਜ਼ਨ ਇਹਨਾਂ ਪੈਨਲਿਸਟ ਨੇ ਜੋ ਦੂਰ ਕੀਤੀ ਹੈ ਮੈਂ ਤੁਹਾਡੇ ਅੱਗੇ ਰੱਖ ਰਿਹਾ, ਇਹ ਕਹਿੰਦੇ ਹਿਊਮਨ ਰਾਈਟਸ ਦਾ ਕੋਈ ਮਾਮਲਾ ਨਹੀਂ ਹੈਗਾ, ਹਿਊਮਨ ਰਾਈਟਸ ਦੇ ਮਾਮਲੇ ਵਿੱਚ ਖੁਦ ਰੇਸ਼ੀਅਲ ਹੈ ਮਿਸਟਰ ਟਰੰਪ, ਇਹ ਦੋਨੋਂ ਪੈਨਲਿਸਟ ਕਹਿ ਰਹੇ, ਇਹਨਾਂ ਦੀ ਗੱਲ ਧਿਆਨ ਨਾਲ ਸੁਣੀਓ, ਤੁਸੀਂ ਸੁਣ ਵੀ ਲਈ ਆ, ਜੇ ਨਹੀਂ ਸਮਝ ਆਈ ਤਾਂ ਦੁਬਾਰਾ ਸੁਣ ਲਿਓ ਕਿਉਂਕਿ ਮੈਂ ਵੀ ਵਾਰ ਵਾਰ ਸੁਣਦਾ ਇਹਨਾਂ ਨੂੰ ਵੀ ਕੀ ਕਹਿਣਾ ਚਾਹ ਰਹੇ ਆ। ਇਹ ਇਹਨਾਂ ਨੇ ਕਿਹਾ ਕਿ ਐਂਟੀ ਮੁਸਲਿਮ ਪੋਲਿਸੀ ਹੈ ਜਿਹੜੀ ਉਸ ਨੂੰ ਅੱਗੇ ਵਧਾਇਆ ਜਾ ਰਿਹਾ, ਇਸ ਨੂੰ ਵੀ ਧਿਆਨ ਨਾਲ ਸਮਝਿਓ ਕਿ ਮਿਸਟਰ ਮੋਦੀ ਅਤੇ ਮਿਸਟਰ ਟਰੰਪ ਦੇ ਨਾਲ ਇਹ ਦੋਨੋਂ ਚੀਜ਼ਾਂ ਨੂੰ ਕਿਉਂ ਮਿਲਾ ਕੇ ਪੇਸ਼ ਕੀਤਾ ਜਾ ਰਿਹਾ। ਇਹਨਾਂ ਨੇ ਕਿਹਾ ਕਿ ਤਾਲਿਬਾਨ ਦੇ ਖਿਲਾਫ ਕੋਈ ਰਣਨੀਤੀ ਨਹੀਂ ਹੈਗੀ, ਇਹ ਇੱਕ ਸੁਨੇਹਾ ਦੇਣ ਦੀ ਕੋਸ਼ਿਸ਼ ਹੈ ਹਿਊਮਨ ਰਾਈਟਸ ਦਾ। ਸਵਾਲ ਬਹੁਤ ਸਾਰੇ ਆ, ਮੈਂ ਬੜੀ ਕੋਸ਼ਿਸ਼ ਕੀਤੀ ਆ ਸਵਾਲ ਪੁੱਛੇ ਜਾਣ, ਪਰ ਅਖੀਰ ਵਿੱਚ ਇਹਨਾਂ ਪੈਨਲਿਸਟ ਨੇ ਨਿਚੋੜ ਕੱਢਿਆ ਕਿ ਸਾਰਾ ਕੁਛ ਅਮਰੀਕਾ ਦੇ ਵਿੱਚ ਜਿਹੜੀਆਂ ਚੋਣਾਂ ਹੋ ਰਹੀਆਂ ਉਸ ਪੋਲਿਟਿਕਸ ਨਾਲ ਜੁੜਿਆ ਹੋਇਆ ਸਭ ਕੁਛ ਹੈ, ਫੈਸਲਾ ਤੁਸੀਂ ਕਰਨਾ। ਅਮਰੀਕਾ ਵਾਲਿਆਂ ਨੇ ਵੀ ਇਹ ਡਿਬੇਟ ਸੁਣ ਰਹੀ ਹੈ ਅਤੇ ਭਾਰਤ ਵਾਲਿਆਂ ਨੇ ਵੀ ਸੁਣਨੀ ਹੈ। ਅਫਗਾਨਿਸਤਾਨ ਸੁਣ ਨਹੀਂ ਸਕੇਗਾ ਕਿਉਂਕਿ ਮੈਨੂੰ ਪਤਾ ਅਫਗਾਨਿਸਤਾਨ ਤੱਕ ਇਹ ਪਹੁੰਚਣੀ ਨਹੀਂ, ਅਮਰੀਕਾ ਅਤੇ ਭਾਰਤ ਜ਼ਰੂਰ ਸੁਣੂਗਾ ਅਤੇ ਅਮਰੀਕਾ ਅਤੇ ਭਾਰਤ ਦੇ ਲੋਕਾਂ ਨੇ ਇਹ ਫੈਸਲਾ ਕਰਨਾ ਕਿ ਟਰੰਪ ਅਤੇ ਮੋਦੀ ਕਿਹੜੇ ਕਾਰਡ ਖੇਡਦੇ ਪਏ। ਬਹੁਤ ਧੰਨਵਾਦ।